दर्शक सत श्री अकाल, तुम देख रहे हो जस टीवी। आप हमेशा की तरह लाइव प्रोग्राम कम्यूनिटी कनैक्ट इंडियानापोलिस तो लैके हर मंडे ट्यूजडे पेश होंगे। अज फिर हाजिर हाँ कुछ ताज़ा अपडेट लैके। ऐसा कई गल् वीकेंड से काफ़ी सुन में मिलती, पेलो भी 26 जनवरी तो बाद काफ़ी सुन में मिलना आईया से कि सिंघू बॉर्डर से आ हो गया तो उत्थे किसान नहीं रहे, इस करके आपने आले दुआले भाल करके इंडिया तो भी अज एक बंदा जोड़िया ता कि आपां नूं पता लग सके कि रियालिटी की आ। तो इस तरह आप गलबात उही जारी करांगे किसानां दी, क्योंकि अजकल हर एक नूं मैसेज देना बहुत जरूरी हो गया कि मेरे किसान भीर उत्थे संघर्ष कर रहे हैं। ऑलमोस्ट 70-72 दिन हो चुके ने, सरकारां टस तों मस नहीं हो रही। आप इस इंडिया तो जिहड़ा आप बंदा जोड़िया अपने नाल सज्जन सरदार मनदीप सिंह जी बराड़, तो आप उन्होंने रूबरू कराने तो उन्होंने पुछते हैं। सिंह जी हाँ जी, सत श्री अकाल जी। पहला तो मैं जस टीवी वालों का तहे दिलों धन्यवाद करदा जिन्हां ने एक किसानां दी आवाज़ नूं पूरी दुनिया दे विच दिखाया। बाकी रही गल उत्थे जिद्दां मोर्चा 26 तरीक तो पहला सी, हुण भी उवें दा चढ़दी कला दे विच है जी। पहला अपना पिंड जरूर दसो जी, तुहाडा पिंड किहड़ा किहड़ा जिला जी? हाँ जी, मेरा पिंड नौली है जी, जिला जलंधर आदमपुर दुआबा एरिया जी। फिर तो थोड़े जरूर बाहर अमरीका कनेडा विच कांटेक्ट होने आ? हाँ जी हाँ जी, तकरीबन सारी फैमिली अमेरिका दे विच ही है जी। क्या जी, ते आपां इह दसना चाहुंदे सी कि कई टीवी चैनल जिहड़े ने ओह फेक किसानां नूं दिखा रहे, इह असली किसान आ जिहड़ा पिंड तों, पिंड वी दस्सिया जे कोई मिलना जावे ते ओह पिंड दे विच ने। जिहड़ा तुसीं पिंड दस्सिया नौली? हाँ जी, इह आदमपुर दुआबे एरिया दे विच पैंदा जी पिंड नौली। ਤੇ ਦੂਜਾ ਤੁਹਾਨੂੰ ਇਹ ਪੁੱਛਣਾ ਸੀ ਕਿ ਤੁਸੀਂ ਕਹਿੰਦੇ ਤੁਸੀਂ ਦਿੱਲੀ ਗਏ ਸੀ, ਕਦੋਂ ਗਏ ਸੀ ਦਿੱਲੀ? ਹਾਂ ਜੀ, ਪਹਿਲਾਂ ਤਾਂ ਅਸੀਂ ਪਹਿਲੇ ਦਿਨ ਤੋਂ ਹੀ ਸੰਘਰਸ਼ ਦੇ ਨਾਲ ਆ ਜੀ, ਜਦੋਂ 26 ਤਰੀਕ ਤੋਂ ਜਦੋਂ ਸਟਾਰਟ ਹੋਇਆ ਸੀਗਾ ਉਸੇ ਦਿਨ ਤੋਂ ਹੀ, ਪਰ ਵਿੱਚ ਵਿੱਚ ਜਦੋਂ ਆਉਂਦੇ ਜਾਂਦੇ ਰਹੇ ਤੇ ਹੁਣ ਲਾਸਟ ਉੱਥੋਂ 2 ਦਿਨ ਹੋਏ ਆਇਆਂ ਨੂੰ ਸਾਨੂੰ। ਆ 26 ਜਨਵਰੀ ਤੋਂ ਬਾਅਦ ਵੀ ਗਏ ਸੀ? ਹਾਂ ਜੀ, 26 ਜਨਵਰੀ ਤੋਂ ਬਾਅਦ ਵੀ ਗਏ ਜੀ, ਤੇ ਹੁਣ ਜਿੱਦਾਂ ਆਮ ਸਾਰੇ ਪਿੰਡਾਂ ਨੇ ਵੀ ਤਾਂ ਸਾਡੇ ਪਿੰਡ ਨੇ ਵੀ ਜਿੱਦਾਂ ਪ੍ਰੋਗਰਾਮ ਬਣਾ ਲਿਆ ਕਿ ਹਰੇਕ 10-10 ਮੈਂਬਰਾਂ ਦਾ ਗਰੁੱਪ ਬਣਾ ਕੇ ਵਾਰੋ ਵਾਰੀ ਆਪਣੀ ਵਾਰੀ ਤੇ ਦਿੱਲੀ ਜਾਣਗੇ। ਐਟ ਏ ਟਾਈਮ ਉੱਥੇ 10 ਬੰਦੇ ਪਿੰਡ ਦੇ ਹਾਜ਼ਰ ਰਹਿਣਗੇ ਦਿੱਲੀ ਮੋਰਚੇ ਦੇ ਵਿੱਚ। ਇਹ ਤਕਰੀਬਨ ਸਾਰੇ ਜਿੰਨੇ ਪੰਜਾਬ ਦੇ ਪਿੰਡ ਨੇ ਸਾਰਿਆਂ ਤੋਂ ਇਦਾਂ ਕੀਤਾ ਜਾਂ ਇਕੱਲੇ ਤੁਹਾਡੇ ਪਿੰਡ ਤੋਂ? ਨਹੀਂ ਨਹੀਂ ਤਕਰੀਬਨ ਸਾਰੇ ਪਿੰਡਾਂ ਨੇ ਕੀਤਾ ਜੀ, ਜਿੱਦਾਂ ਹਾਂਜੀ ਸਾਰੇ ਪਿੰਡਾਂ ਨੇ ਕੀਤਾ, ਕਿਉਂਕਿ 26 ਤਰੀਕ ਤੋਂ ਬਾਅਦ ਚ ਅਫਵਾਹਾਂ ਬਹੁਤ ਉੱਡ ਰਹੀਆਂ ਸੀਗੇ ਮੋਰਚਾ ਖਤਮ ਹੋ ਗਿਆ। ਪਰ ਹੁਣ ਜਿੱਦਾਂ ਆ ਬਈ ਮੋਰਚਾ ਪਹਿਲਾਂ ਵਾਂਗੂ ਚੜ੍ਹਦੀ ਕਲਾ ਦੇ ਵਿੱਚ ਆ, ਸਿਰਫ ਉਹ ਲੋਕੀ ਵਾਪਸ ਆਏ ਸੀਗੇ ਜਿਹੜੇ ਸਿਰਫ 26 ਜਨਵਰੀ ਤੱਕ ਹੀ ਗਏ ਸੀਗੇ, ਤੇ ਜਿੱਦਾਂ ਜਿਹੜਾ ਨੇ ਪੱਕੇ ਉੱਥੇ ਡੇਰੇ ਲੱਗਿਆ ਉਹ ਹਾਲੇ ਉਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਆ ਜੀ। ਦੂਜੀਆਂ ਕੁਛ ਇੱਥੋਂ ਹਵਾਹਾਂ ਫਰਾ ਰਹੀਆਂ ਕਿ ਕਿਸਾਨਾਂ ਨੂੰ ਫੰਡਿੰਗ ਚਾਈਨਾ ਤੋਂ ਆ ਰਹੀ ਆ, ਪਾਕਿਸਤਾਨ ਤੋਂ ਆ ਰਹੀ ਆ, ਕੀ ਪਿੰਡਾਂ ਵਾਲੇ ਖੋ ਦਾ ਹੈਲਪ ਕਰ ਰਹੇ, ਕੀ ਮਾਜਰਾ ਸਾਰਾ ਇਹ? ਨਹੀਂ ਜੀ, ਜਿੱਦਾਂ ਇਹ ਤਾਂ ਆਪਣੇ ਪੰਜਾਬੀ ਦੇ ਕਹਿੰਦੇ ਹੁੰਦੇ ਜੀ, ਹਾਲੇ ਤੱਕ ਘਰੋਂ ਹੀ ਸਰੀ ਜਾਂਦਾ, ਬਾਹਰਲਿਆਂ ਨੂੰ ਤਾਂ ਕਿਹਾ ਹੀ ਨਹੀਂ। ਠੀਕ ਆ ਠੀਕ, ਫੰਡਿੰਗ ਦਾ ਜਿੱਦਾਂ ਆਪਣੇ ਪੰਜਾਬੀਆਂ ਦਾ ਪਹਿਲਾਂ ਤੋਂ ਹੀ ਆ ਜੀ, ਲੰਗਰ ਪਾਣੀ ਚਲਾਉਣ ਲਈ ਜਾਂ ਕਿਸੇ ਦੀ ਹੈਲਪ ਕਰਨ ਲਈ ਸਭ ਤੋਂ ਮੋਹਰੇ ਹੁੰਦੇ, ਇਹ ਤਾਂ ਫਿਰ ਮੁੱਦਾ ਆਪਣਾ ਹੀ ਆ ਜੀ, ਆਪਣੀ ਕਿਸਾਨੀ ਦਾ ਹੀ ਆ ਜੀ। ਆਪਣੇ ਜੇ ਦੂਜੀ ਗੱਲ ਕਰੀਏ ਕਿ ਹਰਿਆਣੇ ਤੋਂ ਕਿੰਨਾ ਕੁ ਆਪਾਂ ਨੂੰ ਉੱਥੋਂ ਆਸਰਾ ਮਿਲ ਰਿਹਾ ਹਰਿਆਣੇ ਵਾਲੇ ਵੀਰਾਂ ਤੋਂ? ਹਾਂਜੀ, ਹਰਿਆਣੇ ਦਾ ਜਿੱਦਾਂ ਸਾਰੇ ਮੀਡੀਆ 'ਚ ਤੁਸੀਂ ਦੇਖਿਆ ਹੋਣਾ, ਉਹ ਦੱਸਦੇ ਆ ਵੀ ਉਹ ਛੋਟਾ ਭਰਾ ਵੱਡਿਆਂ ਵਾਲਾ ਫਰਜ਼ ਨਿਭਾ ਰਿਹਾ ਜੀ, ਉਹ ਪੂਰਾ ਸਾਥ ਆ ਜੀ ਉਹਨਾਂ ਦਾ। ਇਹ ਮੋਰਚਾ ਹੁਣ ਇਹ ਇਕੱਲਾ ਪੰਜਾਬ ਦਾ ਨਹੀਂ ਰਿਹਾ ਜੀ, ਇਹ ਪੂਰੇ ਆਪਣੇ ਇੰਡੀਆ ਦਾ ਆ ਜੀ, ਤੇ ਸਾਰਿਆਂ ਦੇ ਸਾਥ ਬਹੁਤ ਆ ਜੀ। ਹਰਿਆਣਾ ਵੀ ਜਿੱਦਾਂ ਪੂਰਾ ਬਰੋਬਰ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜੀ। ਮੀਡੀਆ ਦਾ ਹੁਣ ਇਹ ਹੋ ਗਿਆ ਨਾ ਕਿ ਮੀਡੀਆ ਤੇ ਯਕੀਨ ਨਹੀਂ ਕੀਤਾ ਜਾਂਦਾ ਕਿ ਕਿਹੜਾ ਬੰਦਾ ਗੋਦੀ ਮੀਡੀਆ ਦਾ ਕਿਹੜਾ ਕਿਹੜਾ, ਇਸ ਕਰਕੇ ਆਪਾਂ ਤੁਹਾਨੂੰ ਅੱਜ ਲਾਈਵ ਲਿਆ ਤਾਂ ਕਿ ਤੁਸੀਂ ਅੱਖੀ ਦੇਖਿਆ ਹਾਲ ਜਿਹੜਾ, ਤੁਸੀਂ ਦਿੱਲੀ ਜਾ ਕੇ ਆਏ ਆ, ਉੱਥੇ ਕਿਸਾਨ ਕਿੰਨੀ ਚੜ੍ਹਦੀ ਕਲਾ ਨੇ, ਤੇ ਹੋਰ ਜਿਹੜੇ ਉੱਥੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਮੋਰਚਿਆਂ ਤੇ ਆ ਰਹੀਆਂ ਜਾਂ ਨਹੀਂ ਆ ਰਹੀਆਂ? ਦੇਖੋ, ਸ਼ੁਰੂ ਸ਼ੁਰੂ ਵਿੱਚ ਤਾਂ ਕਾਫੀ ਪ੍ਰੋਬਲਮ ਸੀਗੀ ਜਿੱਦਾਂ ਉੱਥੇ, ਪਰ ਹੁਣ ਜਿੱਦਾਂ ਸਾਰਾ ਕੁਛ ਪਹਿਲਾਂ ਵਾਂਗੂ ਹੋ ਗਿਆ, ਪਰ ਜਿਹੜੇ ਜਿੱਦਾਂ ਸਰਕਾਰ ਵੱਲੋਂ ਹੱਥ ਕੰਡੇ ਅਪਣਾ ਰਹੇ ਜਾਂ ਖੋਜੀਆਂ ਚਾਲਾਂ ਚੱਲ ਰਹੇ ਜਾਂ ਉਹਨਾਂ ਦਾ ਜਿਹੜਾ ਗੋਦੀ ਮੀਡੀਆ ਉਹ ਜੋ ਦਿਖਾ ਰਿਹਾ ਉਹ ਸੱਚਾਈ ਤੋਂ ਕੋਹਾਂ ਦੂਰ ਆ। ਤੇ ਬਾਕੀ ਹੁਣ ਕੋਈ ਏਦਾਂ ਦੀ ਹੋਰ ਕੋਈ ਪ੍ਰੋਬਲਮ ਨਹੀਂ, ਜਿਹੜੀਆਂ ਚਲੋ ਰੈਗੂਲਰ ਪ੍ਰੋਬਲਮ ਹੁੰਦੀਆਂ ਉਹ ਤਾਂ ਹੈਗੀਆਂ ਹੀ ਆ, ਪਰ ਮੇਨ ਪ੍ਰੋਬਲਮ ਬਜ਼ੁਰਗਾਂ ਨੂੰ ਜ਼ਿਆਦਾ ਆਉਂਦੀ ਆ ਉੱਥੇ, ਜਿੱਦਾਂ ਰਹਿਣ ਦੀ ਇੱਕ ਠੰਡ ਜ਼ਿਆਦਾ ਹੋਣ ਕਰਕੇ ਇਹੋ ਜ਼ਿਆਦਾ ਆਉਂਦੀ ਆ, ਜ਼ਿਆਦਾਤਰ ਬੱਚੇ ਵੀ ਲੈ ਕੇ ਫੈਮਿਲੀ ਵਾਲੇ ਵੀ ਬਹੁਤ ਲੁਕੇ ਆ। ਇਹ ਆ ਬਸ, ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿੱਦਾਂ ਸਰਕਾਰ ਨੂੰ ਇਸ ਪਾਸੇ ਧਿਆਨ ਦੇ ਕੇ ਜਲਦੀ ਤੋਂ ਜਲਦੀ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ,
ਤਾਂ ਕਿ ਸਾਰੇ ਆਪਣੇ ਆਪਣੇ ਘਰਾਂ ਨੂੰ ਆ ਜਾਣ ਜੀ। ਜਿਹੜੇ ਤੁਸੀਂ ਕਿਹਾ ਵੀ ਉੱਥੇ ਪ੍ਰੋਬਲਮਾਂ ਆਉਂਦੀਆਂ ਬਜ਼ੁਰਗਾਂ ਨੂੰ ਆਉਂਦੀਆਂ, ਲੇਕਿਨ ਫਿਰ ਵੀ ਜਿਹੜੇ ਮੀਡੀਆ ਤੇ ਕਈ ਦੇਖਣ ਨੂੰ ਮਿਲਦੇ ਆ ਜਾਂ ਕਹਿੰਦੇ ਸਾਡੇ ਹੌਸਲੇ ਬਹੁਤ ਬੁਲੰਦ ਆ ਠੰਡ ਵਿੱਚ ਵੀ ਆ, ਕੀ ਉਹ ਸਾਰੀਆਂ ਗੱਲਾਂ ਸੱਚੀਆਂ ਆ ਜਾਂ ਵੈਸੇ ਮੀਡੀਆ ਦਿਖਾ ਰਿਹਾ? ਨਹੀਂ ਦੇਖੋ ਜੀ, ਚੜ੍ਹਦੀ ਕਲਾ ਦੇ ਵਿੱਚ ਆ ਜੀ, ਜਿੱਦਾਂ ਬਜ਼ੁਰਗ ਵੀ ਉਹਨਾਂ ਦੇ ਹੌਸਲੇ ਏਦਾਂ ਆ, ਹਰੇਕ ਦੇ ਮੂੰਹੋਂ ਆਪਾਂ ਇਹੋ ਹੀ ਸੁਣਦੇ ਹਾਂ ਵਾਰ ਵਾਰ, ਉਹ ਕਹਿੰਦੇ ਜਾਵਾਂਗੇ ਤਾਂ ਜਿੱਤ ਕੇ ਜਾਵਾਂਗੇ, ਏਦਾਂ ਨਹੀਂ ਜਾਂਦੇ ਜੀ। ਕਿਸੇ ਵੀ ਬਜ਼ੁਰਗ ਨੂੰ ਜਦੋਂ ਆਪਾਂ ਉੱਥੇ ਪੁੱਛਦੇ ਹਾਂ ਤੇ ਹਰੇਕ ਦੇ ਮੂੰਹ ਤੇ ਇਹੋ ਹੀ ਹੁੰਦਾ ਵੀ ਜਿੱਤ ਕੇ ਜਾਵਾਂਗੇ, ਬਿਨਾਂ ਜਿੱਤੇ ਅਸੀਂ ਵਾਪਸ ਨਹੀਂ ਜਾਣਾ, ਭਾਵੇਂ ਜੀ ਸਾਨੂੰ ਵਿਸਾਖੀ ਵੀ ਇੱਥੇ ਦੇਖਣੀ ਪਵੇ ਚਾਹੇ ਅਗਲਾ ਸਾਲ ਵੀ ਇੱਥੇ ਜਾਣਾ ਪਵੇ, ਵੀ ਬਿਨਾਂ ਜਿੱਤੇ ਤੋਂ ਅਸੀਂ ਘਰ ਨਹੀਂ ਜਾਣਾ। ਹੁਣ ਦੂਸਰਾ ਆਪਾਂ ਗੱਲ ਕਰੀਏ, ਜਿਹੜਾ ਹੁਣ ਯੂਪੀ ਤੇ ਰਾਜਸਥਾਨ ਤੇ ਬਾਕੀ ਜਿਹੜੇ ਸੂਬੇ ਸੀ ਉਹ ਜ਼ਿਆਦਾ ਉੱਠ ਪਏ ਨੇ, ਕੀ ਉਹਨਾਂ ਨੂੰ ਸਮਝ ਲੇਟ ਆਈ ਜਾਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਨਹੀਂ ਜਿੱਦਾਂ ਸਮਝਦਾ ਉਹਨਾਂ ਨੂੰ ਥੋੜਾ ਲੇਟ ਹੀ ਹੈ, ਜਿੱਦਾਂ ਪੰਜਾਬੀਆਂ ਨੇ ਪਹਿਲਾਂ ਇਹ ਮੋਰਚਾ ਚੱਕ ਲਿਆ, ਬਾਕੀ ਇੱਕ ਦੂਜੇ ਨੂੰ ਦੇਖੋ ਦੇਖੀ ਫਿਰ ਸਾਰੇ ਹੌਲੀ ਹੌਲੀ ਤੁਰੇ, ਪਰ ਉਹਨਾਂ ਦਾ ਵੀ ਜਿੱਦਾਂ ਕਿਸਾਨੀ ਆਪਣੇ ਪੂਰੇ ਇੰਡੀਆ ਦੇ ਵਿੱਚ ਬਹੁਤ ਆ, ਉਹ ਪਹਿਲਾਂ ਉਹਨਾਂ ਦੀਆਂ ਆਵਾਜ਼ਾਂ ਦੱਬੀਆਂ ਸੀ, ਸਰਕਾਰ ਦਾ ਉੱਧਰ ਜ਼ੋਰ ਜ਼ਿਆਦਾ ਚੱਲਦਾ ਸੀਗਾ, ਉਹ ਹੁਣ ਉਹਨਾਂ ਨੇ ਦੇਖ ਕੇ ਜਿੱਦਾਂ ਬਾਕੀਆਂ ਵਾਂਗੂ ਤੇ ਹੁਣ ਉਹ ਵੀ ਹੌਲੀ ਹੌਲੀ ਤੁਰੇ ਆ, ਸਮਝ ਤਾਂ ਲੱਗ ਗਈ ਹੁਣ ਸਾਰਿਆਂ ਨੂੰ, ਤਕਰੀਬਨ ਬਾਹਰ ਬੈਠਿਆਂ ਨੂੰ ਵੀ ਸਾਰਿਆਂ ਨੂੰ ਹੁਣ ਪਤਾ ਲੱਗ ਗਿਆ ਤੇ ਇਧਰਲੇ ਕਿਸਾਨਾਂ ਨੂੰ ਵੀ ਸਾਰਿਆਂ ਨੂੰ ਪਤਾ ਹੀ ਹੈ ਜੀ। ਦੂਜਾ ਤੁਹਾਨੂੰ ਆਪਾਂ ਥੋੜਾ ਜਿਹਾ ਇੱਕ ਪਾਸੇ ਜਾ ਕੇ ਪੁੱਛਦੇ ਹਾਂ ਕਿ ਜਿਹੜਾ ਇੱਥੋਂ ਕਾਫੀ ਰੌਲਾ ਪੈ ਰਿਹਾ ਕਿ ਖਾਲਿਸਤਾਨੀ ਇਸ ਮੋਰਚੇ ਨੂੰ ਚਲਾ ਰਹੇ ਨੇ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ? ਨਹੀਂ ਜੀ ਦੇਖੋ, ਇਹ ਤਾਂ ਹੈ ਨਾ ਸਿਰਫ ਲੋਕਾਂ ਦਾ ਧਿਆਨ ਭਟਕਾਉਣ ਲਈ ਸਰਕਾਰ ਇਹੋ ਕੁਛ ਕਰ ਰਹੀ ਆ ਜੀ, ਇਹਦੇ ਵਿੱਚ ਨਾ ਤਾਂ ਖਾਲਿਸਤਾਨ ਦਾ ਰੌਲਾ ਜੀ ਤੇ ਨਾ ਹੀ ਕਿਸੇ ਹੋਰ ਪੋਲੀਟੀਕਲ ਪਾਰਟੀ ਦਾ ਹੈ ਜੀ। ਖਾਲਿਸਤਾਨ ਦਾ ਏਦਾਂ ਆ ਸਿਰਫ ਜਿੱਦਾਂ ਜੇ ਆਪਾਂ ਬਾਰਡਰਾਂ ਤੇ ਬੈਠੇ ਨਿਸ਼ਾਨ ਸਾਹਿਬ ਚੜ੍ਹਾਉਂਦੇ ਆ ਉੱਥੇ, ਜਿੱਦਾਂ ਜਿਹੜੇ ਆਪਣੇ ਉਹ ਜਿੱਦਾਂ ਉਹਨੂੰ ਕਹਿ ਦਿੰਦੇ ਵੀ ਇਹੋ ਵਧੀਆ ਆ ਸਾਰੇ ਮੁਲਕ 'ਚ ਕਹਿ ਦਿੰਦੇ, ਹਾਂਜੀ ਵੀ ਇਹ ਸਾਡੀ ਜਿੱਤ ਦਾ ਪ੍ਰਤੀਕ ਆ, ਸਿਰਫ 26 ਜਨਵਰੀ ਨੂੰ ਜਿਹੜਾ ਇੱਕ ਘਟਨਾ ਹੋਈ ਲਾਲ ਕਿਲੇ ਤੇ ਉਹਦੇ ਕਰਕੇ ਇਹ ਉੱਧਰ ਨੂੰ ਸਾਰਾ ਮੀਡੀਆ ਕਹਿ ਰਿਹਾ ਸੀਗਾ, ਪਰ ਏਦਾਂ ਦੀ ਕੋਈ ਗੱਲ ਨਹੀਂ ਜੀ, ਇਹਦੇ ਵਿੱਚ ਕਿਸੇ ਦਾ ਕੋਈ ਰੋਲ ਨਹੀਂ, ਇਹ ਸਿਰਫ ਕਿਸਾਨਾਂ ਦਾ ਮੋਰਚਾ ਹੈ ਤੇ ਕਿਸਾਨਾਂ ਲਈ ਹੈ ਜੀ। ਇਹ ਇਦਾਂ ਦੀਆਂ ਗੱਲਾਂ ਜਿਹੜੀਆਂ, ਕਿਉਂਕਿ ਇੱਥੇ ਜਦੋਂ ਬਾਹਰ ਬੈਠੇ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ ਅਸੀਂ ਵੀ ਇੱਥੋਂ ਚਲੋ ਲਾਈਵ ਸ਼ੋਅ ਕਰਕੇ ਦੱਸਣਾ ਚਾਹੁੰਦੇ ਹਰ ਇੱਕ ਨੂੰ ਜਿਹੜਾ ਸੁਣ ਰਿਹਾ ਕਿ ਕਈ ਗੱਲਾਂ ਜਿਹੜੀਆਂ ਤੁਹਾਨੂੰ ਨਹੀਂ ਬਿਲੀਵ ਕਰਨ ਚੰਗੀਆਂ ਲੱਗਦੀਆਂ ਜਾਂ ਤੁਹਾਨੂੰ ਨਹੀਂ ਲੱਗਦਾ ਸੱਚ, ਕੀ ਕਹੋਗੇ ਕਿ ਉਹਨਾਂ ਤੇ ਯਕੀਨ ਨਾ ਕਰੋ ਪਹਿਲਾਂ ਪਤਾ ਕਰਨ? ਹਾਂਜੀ ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹੋ ਆ ਜਿੱਦਾਂ ਉੱਥੋਂ ਅਫਵਾਹਾਂ ਅੜਾਈਆਂ ਸੀ ਕਿ ਮੋਰਚਾ 26 ਤਰੀਕ ਤੋਂ ਬਾਅਦ ਚ ਖਤਮ ਹੋ ਗਿਆ, ਇਹ ਬਿਲਕੁਲ ਝੂਠ ਆ ਜੀ। ਉੱਥੇ ਤੁਸੀਂ ਜਾ ਕੇ ਦੇਖੋਗੇ ਪਹਿਲਾਂ ਵਾਂਗੂ ਪੂਰੀ ਰੌਣਕ ਆ ਜੀ, ਚੜ੍ਹਦੀ ਕਲਾ ਦੇ ਵਿੱਚ ਆ ਸਾਰੇ ਡਟੇ ਹੋਏ ਆ ਜੀ, ਸਗੋਂ ਜਿੱਦਾਂ ਹੁਣ ਹੋਰਾਂ ਸਟੇਟਾਂ ਤੋਂ ਵੀ ਆਉਣ ਦੇ ਕਰਕੇ ਕਿਸਾਨਾਂ ਦੇ ਪਹਿਲਾਂ ਨਾਲੋਂ ਵੀ ਵੱਧ ਰਸ਼ ਆ ਜੀ ਉੱਥੇ। ਮਨਦੀਪ ਸਿੰਘ ਜੀ ਤੁਹਾਡਾ ਸ਼ੁਕਰੀਆ, ਇਸੇ ਤਰ੍ਹਾਂ ਜਿਹੜਾ ਸਮਾਂ ਆ ਉਹ ਬੜੀ ਤੇਜ਼ ਜਾਂਦਾ, ਪਤਾ ਨਹੀਂ ਲੱਗਿਆ ਕਦੋਂ ਟਾਈਮ ਹੋ ਗਿਆ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ, ਕਿਉਂਕਿ ਅਸੀਂ ਵੀ ਕਈ ਵਾਰੀ ਇੰਡੀਆ ਨੂੰ ਲੈ ਕੇ ਭਾਵੁਕ ਹੋ ਜਾਂਦੇ ਹਾਂ, ਤੇ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸਾਡੇ ਨਾਲ, ਅਸੀਂ ਇੱਕ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਤੁਹਾਨੂੰ ਤੁਰੰਤ ਮਿਲਦੇ ਹਾਂ ਤੇ ਥੋੜ੍ਹੀ ਹੋਰ ਅਪਡੇਟ ਦੇਵਾਂਗੇ ਤੇ ਇੱਥੋਂ ਗੱਲ ਕਰਾਵਾਂਗੇ ਆਪ ਸਾਡੇ ਸੱਜਣ ਖਾਲਸਾ ਸਿੰਘ ਜੀ। ਇੱਕ ਵੇਲਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਬ੍ਰੇਕ ਤੋਂ ਬਾਅਦ, ਸਤਿ ਸ਼੍ਰੀ ਅਕਾਲ। ਜਿਹੜੀਆਂ ਗੱਲਾਂ ਨੇ ਉਹ ਕਲੀਅਰ ਹੋ ਜਾਣ, ਕਿਉਂਕਿ ਜਸ ਟੀਵੀ ਪੂਰੇ ਵਰਲਡ ਵਿੱਚ ਜਾ ਰਿਹਾ ਤਾਂ ਕਿ ਜਿਹੜੀ ਕੋਈ ਵੀ ਮਿਸਲੀਡਿੰਗ ਜਾਂ ਮਿਸਅੰਡਰਸਟੈਂਡਿੰਗ ਜਿਹੜੀ ਗਲਤ ਨਿਊਜ਼ ਉਹ ਜਿਹੜੇ ਗਲਤ ਚੈਨਲ ਵਾਲੇ ਦਿੰਦੇ ਨੇ ਉਹ ਨਾ ਦੇਣ, ਥੋੜੇ ਉਹ ਵੀ ਸੁਚੇਤ ਹੋ ਜਾਣ, ਕਿਉਂਕਿ ਆਪਾਂ ਤਾਂ ਹੀ ਤੁਹਾਨੂੰ ਜੋੜਿਆ ਇਸ ਕਰਕੇ। ਦੂਜਾ ਜੇ ਤੁਹਾਨੂੰ ਪੁੱਛਣਾ ਚਾਹੁੰਦਾ ਸੀ ਕਿ ਜਿਹੜੀਆਂ ਕੁਛ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਕਿ ਲੱਖਾ ਸਧਾਣਾ, ਦੀਪ ਸਿੱਧੂ ਜਾਂ ਹੋਰ ਕਈ ਬੰਦੇ ਕਹਿੰਦੇ ਗਦਾਰ ਨਿਕਲ ਗਿਆ, ਇਹ ਕਿੰਨਾ ਕੁ ਸੱਚ ਆ? ਦੇਖੋ ਸਰ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਇਹ ਗੱਲਾਂ ਆ, ਇਹ ਗੱਲਾਂ ਨਾਲ ਤਾਂ ਮੇਰੇ ਹਿਸਾਬ ਨਾਲ ਬਾਅਦ ਵਿੱਚ ਨਿਪਟਣਾ ਚਾਹੀਦਾ ਜੀ। ਪਹਿਲਾਂ ਸਾਰਿਆਂ ਨੂੰ ਆਪਣਾ ਧਿਆਨ ਇਹਨਾਂ ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਆ ਇਹਨਾਂ ਦੇ ਵਿਰੁੱਧ ਗੱਲ ਕਰਨੀ ਚਾਹੀਦੀ ਹੈ ਜੀ, ਕਿਉਂਕਿ ਮੇਨ ਮਕਸਦ ਤਾਂ ਇਹੋ ਹੀ ਆ ਵੀ ਆਪਾਂ ਇਹ ਕਾਨੂੰਨ ਜਿਹੜੇ ਆ ਰੱਦ ਕਰਾਉਣੇ ਆ, ਬਾਕੀ ਜਿਹੜੀਆਂ ਗੱਲਾਂ ਉਹ ਤਾਂ ਘਰ ਬਹਿ ਕੇ ਬਾਅਦ ਵਿੱਚ ਵੀ ਕਰ ਸਕਦੇ ਆ ਜੀ। ਸਰਕਾਰ ਦਾ ਜਾਂ ਆਮ ਲੋਕਾਂ ਦਾ ਅੰਦੋਲਨ ਫੇਲ ਕਰਨ ਲਈ ਹੋਰ ਬੰਦੇ ਧਿਆਨ ਪਾਉਣ ਲਈ ਮੇਰੇ ਹਿਸਾਬ ਨਾਲ ਇਹ ਸਾਰੇ ਪ੍ਰੋਪੋਗੰਡੇ ਅਪਣਾ ਰਹੇ ਹੋਏ, ਜਿੱਦਾਂ ਓਦਾਂ ਇਹਦਾ ਸਾਰੇ ਜਿੱਦਾਂ
ਨਾਲ ਹੀ ਨਹੀਂ ਕਿਸਾਨਾਂ ਦੇ ਨਹੀਂ ਦੂਸਰਾ ਜਿੱਦਾਂ ਤੁਸੀਂ ਦੱਸਿਆ ਤੁਹਾਡਾ ਬੜਾ ਵਧੀਆ ਵਿਚਾਰ ਆ ਕਿ ਇਹ ਆਪਾਂ ਜਿਹੜੀਆਂ ਬਾਕੀ ਦੀਆਂ ਗੱਲਾਂ ਉਹ ਬਾਅਦ ਵਿੱਚ ਕਰ ਲਾਂਗੇ ਹੋਰ ਕਿਹੜੇ ਕਿਹੜੇ ਵਰਗ ਨੇ ਜਿਹੜੇ ਹਾਲੇ ਤੱਕ ਨਹੀਂ ਜੁੜੇ ਕਿਸਾਨਾਂ ਨਾਲ ਜਾਂ ਸਾਰੇ ਜੁੜ ਗਏ ਨੇ ਤਕਰੀਬਨ ਕੋਈ ਵਰਗ ਇਹੋ ਜਿਹਾ ਨਹੀਂ ਰਿਹਾ ਮੇਰੇ ਹਿਸਾਬ ਨਾਲ ਤਾਂ ਪੂਰੇ ਪੰਜਾਬ ਵਿੱਚੋਂ ਜਿਹੜਾ ਵੀ ਉੱਥੇ ਨਹੀਂ ਗਿਆ ਤਕਰੀਬਨ ਸਾਰੇ ਹੀ ਗਏ ਆ ਜੀ ਸਾਰਿਆਂ ਦਾ ਪੂਰਾ ਸਾਥ ਆ ਸਹਿਯੋਗ ਆ ਹੁਣ ਆਪਾਂ ਜੇ ਪਿੰਡ ਪੱਧਰ ਤੇ ਦੇਖੀਏ ਤਾਂ ਤਕਰੀਬਨ ਹਰੇਕ ਦਾ ਹੀ ਸਾਥ ਆ ਇੱਦਾਂ ਹਰੇਕ ਪਿੰਡ ਪਿੰਡ ਵਿੱਚ ਤਕਰੀਬਨ ਸਾਰੇ ਬੰਦਿਆਂ ਦਾ ਸਾਥ ਆ ਤੇ ਤਕਰੀਬਨ ਹਰੇਕ ਦੁਨੀਆ ਉੱਥੇ ਪਹੁੰਚੀ ਆ ਜੀ ਦੂਸਰਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪਿੰਡ ਵਿੱਚ ਰਹਿੰਦੇ ਹੋ ਇੱਕ ਆਮ ਸਧਾਰਨ ਕਿਸਾਨ ਹੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਗਾਂ ਚੋਣਾਂ ਆਉਣਗੀਆਂ ਕਿ ਬੀਜੇਪੀ ਨੂੰ ਜਾਂ ਹੋਰ ਜਿਹੜੀਆਂ ਪੋਲੀਟਿਕਲ ਪਾਰਟੀਆਂ ਇਹਨਾਂ ਨੂੰ ਕਿੰਨੀਆਂ ਕੁ ਪ੍ਰੋਬਲਮਾਂ ਆ ਸਕਦੀਆਂ ਬੀਜੇਪੀ ਨੂੰ ਤਾਂ ਸੁਧੀ ਪ੍ਰੋਬਲਮ ਹੀ ਆ ਜੀ ਕਿਉਂਕਿ ਹਰੇਕ ਪਿੰਡ ਪਿੰਡ ਵਿੱਚ ਤਕਰੀਬਨ ਹਰੇਕ ਵੋਟ ਤੇ ਲੈ ਕੇ ਲਾਤਾ ਵੀ ਬੀਜੇਪੀ ਦਾ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਬਾਈਕਾਟ ਆ ਜੀ ਤੇ ਬੀਜੇਪੀ ਨੂੰ ਤਾਂ ਗਾਂਹ ਤੋਂ ਗਾਂਹ ਪ੍ਰੋਬਲਮ ਹੀ ਆ ਜੀ ਬਾਕੀ ਜਿਹੜੇ ਜੇ ਆਪਾਂ ਗੱਲ ਕਰੀਏ ਅਕਾਲੀਆਂ ਦੀ ਜਾਂ ਕਾਂਗਰਸ ਦੀ ਜਾਂ ਆਮ ਆਦਮੀ ਦੀ ਇਹਨਾਂ ਦੇ ਵਿੱਚੋਂ ਕਿੱਧਰ ਨੂੰ ਕੋਈ ਝੁਕਾਅ ਲੱਗਦਾ ਕਿ ਲੋਕੀ ਕਿੱਧਰ ਨੂੰ ਦੇਖ ਰਹੇ ਨੇ ਜਾਂ ਕੀ ਫਿਊਚਰ ਸੋਚਦੇ ਨੇ ਮੇਰੇ ਹਿਸਾਬ ਨਾਲ ਤਾਂ ਸਰ ਹੁਣ ਜਿੱਦਾਂ ਫਿਲਹਾਲ ਲੋਕਾਂ ਦਾ ਇਹ ਕਿਸਾਨ ਮੁੱਦਿਆਂ ਤੇ ਟਿਕੇ ਹੋਏ ਆ ਲੋਕਾਂ ਨੂੰ ਜ਼ਿਆਦਾ ਆਸ ਲੱਗਦੀ ਆ ਵੀ ਸ਼ਾਇਦ ਇਹਦੇ ਵਿੱਚੋਂ ਕੋਈ ਨਵੀਂ ਪਾਰਟੀ ਉੱਠੂਗੀ ਕਿਸਾਨਾਂ ਦੀ ਜਿਹੜੀ ਗੱਲ ਸੁਣੇ ਜਾਂ ਕਿਸਾਨਾਂ ਦੇ ਹੱਕ ਵਿੱਚ ਖੜੇ ਮੈਂ ਸਪੀਕ ਟੂ ਉਹ ਸਕਦਾ ਬਹੁਤ ਵੱਡੇ ਬਦਲਾਅ ਹੋਣਗੇ ਜੀ ਰਾਜਨੀਤੀ ਰੋਂਗ ਨੰਬਰ ਜੀ ਇਹ ਪਤਾ ਨਹੀਂ ਹੁਣ ਚਲੋ ਇੱਥੇ ਬਾਹਰ ਬੈਠਿਆਂ ਨੂੰ ਥੋੜ੍ਹਾ ਸਾਨੂੰ ਕਈ ਵਾਰੀ ਤਕਲੀਫ਼ ਹੁੰਦੀ ਕਿਉਂਕਿ ਅਸੀਂ ਵੀ ਪੰਜਾਬੀ ਹਾਂ ਅਕਸਰ ਪੰਜਾਬ ਦੀ ਮਿੱਟੀ ਨਾਲ ਜੁੜੇ ਹੋਏ ਹਾਂ ਕਿ ਇਹ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਇਹ ਲੋਕੀ ਕੀ ਲੋਕੀ ਆਉਣ ਵਾਲੇ ਸਮੇਂ 'ਚ ਵਾਕਈ ਭੁੱਲ ਜਾਣਗੇ ਜਿੱਦਾਂ ਬਹੁਤ ਚੀਜ਼ਾਂ ਨੂੰ ਪੰਜਾਬੀ ਕਹਿੰਦੇ ਜਲਦੀ ਜਾਂ ਮਾਫ਼ ਕਰ ਦਿੰਦੇ ਆ ਜਾਂ ਭੁੱਲ ਜਾਂਦੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਦੇਖੋ ਜੀ ਮੈਨੂੰ ਨਹੀਂ ਲੱਗਦਾ ਜਿੰਨਾ ਵੱਡਾ ਇਹ ਅੰਦੋਲਨ ਹੋਇਆ ਕਿ ਲੋਕੀ ਜਲਦੀ ਇਹਨੂੰ ਭੁੱਲ ਜਾਣਗੇ ਯਾਦ ਰੱਖਣਗੇ ਜੀ ਹੋ ਸਕਦਾ ਕਈ ਵਾਰੀ ਜਦੋਂ ਕੋਈ ਅੰਦੋਲਨ ਆਉਂਦਾ ਆ ਉਹਦੇ ਬਹੁਤ ਵਧੀਆ ਨਤੀਜੇ ਆਉਣ ਵਾਲੇ ਸਮੇਂ 'ਚ ਨਿਕਲਦੇ ਸ਼ਾਇਦ ਜੇ ਇਹ ਕਾਲੇ ਕਾਨੂੰਨ ਨਾ ਆਉਂਦੇ ਤਾਂ ਮੈਨੂੰ ਲੱਗਦਾ ਪੂਰਾ ਇੰਡੀਆ ਇੱਕ ਨਹੀਂ ਹੋਣਾ ਸੀ ਇਹਦਾ ਕਿਤੇ ਨਾ ਕਿਤੇ ਫਾਇਦਾ ਵੀ ਹੋਇਆ ਵੀ ਸਾਰੇ ਇੱਕ ਹੋ ਗਏ ਭਾਈਚਾਰਕ ਵਧਿਆ ਲੋਕਾਂ ਨੂੰ ਆਪਣੀ ਅਹਿਮੀਅਤ ਦਾ ਪਤਾ ਲੱਗਿਆ ਇਹਦੇ ਆਉਣ ਵਾਲੇ ਸਮੇਂ 'ਚ ਵਧੀਆ ਨਤੀਜੇ ਹੋਣਗੇ ਜੀ ਭੁੱਲਣਗੇ ਜੀ ਮੇਰੇ ਹਿਸਾਬ ਨਾਲ ਤਾਂ ਜੀ ਜੀ ਦੱਸੋ ਮੈਂ ਦੂਜਾ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਤੁਹਾਡੇ ਵਰਗੀ ਯੰਗ ਯੂਥ ਆ ਜਿਹੜੀ ਹੁਣ ਆਉਣ ਵਾਲੀ ਹੈ ਜਿਹੜੀ ਪਨੀਰੀ ਆਪਣੀ ਉਹ ਕੀ ਆਪਣੇ ਦਿਖਾ ਰਹੀ ਹੈ ਇਸ ਪਾਸੇ ਨੂੰ ਉਹਨਾਂ ਦੀ ਜਿਹੜੀ ਰੁਚੀ ਆ ਕਿ ਆਪਾਂ ਵੀ ਪੋਲਿਟਿਕਸ ਆਈਏ ਕਿ ਸਾਡੇ ਨਾਲ ਗਾਂਹ ਇਦਾਂ ਨਾ ਹੋਵੇ ਹਾਂਜੀ ਬਹੁਤ ਵਧੀਆ ਜਿੱਦਾਂ ਹਨਾ ਸਵਾਲ ਹੈ ਤੁਹਾਡਾ ਕਿਉਂਕਿ ਜਿਹੜਾ ਯੂਥ ਆ ਉੱਥੇ ਬਹੁਤ ਜ਼ਿਆਦਾ ਤਾਦਾਦ ਵਿੱਚ ਆ ਤੇ ਪੜ੍ਹਿਆ ਲਿਖਿਆ ਵੀ ਬਹੁਤ ਆ ਹੁਣ ਪਹਿਲਾਂ ਵਾਲੀ ਤਾਂ ਗੱਲ ਨਹੀਂ ਕਿਉਂਕਿ ਜਿੰਨੀ ਯੰਗ ਜਨਰੇਸ਼ਨ ਪੜ੍ਹੀ ਆ ਉਹ ਸਾਰਿਆਂ ਦਾ ਇਸ ਵੱਲੋਂ ਰੁਝਾਨ ਜ਼ਿਆਦਾ ਆ ਤੇ ਇਸੇ ਕਰਕੇ ਇਹ ਅੰਦੋਲਨ ਇੱਥੇ ਤੱਕ ਹੁਣ ਤੱਕ ਸ਼ਾਂਤੀਪੂਰਕ ਤੇ ਬਹੁਤ ਵਧੀਆ ਪਹੁੰਚਿਆ ਕਿਉਂਕਿ ਮੀਡੀਆ ਕੁਛ ਨਹੀਂ ਦਿਖਾ ਰਿਹਾ ਸੀ ਸੋਸ਼ਲ ਮੀਡੀਆ ਕਰਕੇ ਯੂਥ ਦੇ ਵਰਤਨ ਕਰਕੇ ਪੂਰੀ ਦੁਨੀਆ ਦੇਖ ਰਹੀ ਆ ਤੇ ਪੂਰਾ ਸਾਥ ਹੋਊਗਾ ਜੀ ਯੂਥ ਦਾ ਆਉਣ ਵਾਲੇ ਸਮੇਂ 'ਚ ਬਾਕੀ ਆਪਾਂ ਇਹ ਕਹਿਣਾ ਚਾਹੁੰਦੇ ਕਿ ਕੋਈ ਵੀ ਸੱਜਣ ਸਾਡੇ ਨਾਲ ਜੁੜਨਾ ਚਾਹੁੰਦਾ ਇਹ ਪਤਾ ਕਰਨ ਲਈ ਕਿ ਕਿਸਾਨ ਅਸਲੀ ਨੇ ਜਾਂ ਨਕਲੀ ਤੁਸੀਂ ਕਾਲ ਕਰ ਸਕਦੇ ਹੋ ਆਪਾਂ ਤੁਹਾਡੀ ਇਹਨਾਂ ਨਾਲ ਗੱਲ ਵੀ ਕਰਾ ਸਕਦੇ ਹਾਂ ਪਰ ਸਿਲਸਿਲਾ ਫਿਰ ਉਹੀ ਜਾਰੀ ਆ ਤੇ ਆਪਾਂ ਮਨਦੀਪ ਜੀ ਤੁਹਾਨੂੰ ਇੱਕ ਕੁਐਸਚਨ ਹੋਰ ਪੁੱਛਣਾ ਚਾਹੁੰਦੇ ਕਿ ਜਿਹੜੇ ਆ ਰਿਹਾ ਪਤਾ ਲੱਗ ਰਿਹਾ ਵੀ 140 ਜਾਂ 150 ਬੰਦੇ ਮਿਸਿੰਗ ਸੀਗੇ ਉਹਨਾਂ ਦੇ ਵਿੱਚੋਂ ਹਾਲੇ ਵੀ ਮਿਸਿੰਗ ਆ ਕੀ ਇਹ ਸਹੀ ਗੱਲ ਆ ਜਾਂ ਮੀਡੀਆ ਵਾਲੇ ਵੈਸੇ ਲੋਕਾਂ ਨੂੰ ਡਰਾਉਣ ਲਈ ਅਫਵਾਹ ਫੈਲਾ ਰਿਹਾ ਨਹੀਂ ਜਿਹੜੇ ਤਾਂ ਲਾਲ ਕਿਲੇ ਦੇ ਅੰਦਰ ਸੀਗੇ ਅਰੈਸਟ ਕੀਤੇ ਗਏ ਆ ਉਹ ਤਾਂ ਹਾਲੇ ਅੰਦਰ ਆ ਜੀ ਹਾਂਜੀ ਤੇ ਆਪਣੀਆਂ ਜਥੇਬੰਦੀਆਂ ਜਾਂ ਹੋਰ ਜਿਹੜੇ ਇਸ ਸਾਈਡ ਦੇ ਕੰਮ ਕਰ ਰਹੇ ਆ ਉਹ ਉਹਨਾਂ ਨੂੰ ਰਿਹਾ ਕਰਾਉਣ ਲਈ ਜਿੱਦਾਂ ਟਰਾਈ ਕਰ ਰਹੇ ਆ ਜੀ ਹਿਸਾਬ ਨਾਲ ਕਿੰਨੇ ਕੁ ਬੰਦੇ ਅੰਦਰ ਹੋਣਗੇ ਜੇਲ੍ਹਾਂ ਦੇ ਵਿੱਚ ਬੰਦ ਹੋਣਗੇ ਇਹ ਸਰ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿੰਨੇ ਕੁ ਬੰਦੇ ਆ ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਰਸ਼ ਸੀਗਾ 26 ਜਨਵਰੀ ਨੂੰ ਉੱਥੇ ਤੇ ਪੂਰਾ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਕਿੰਨੇ ਬੰਦੇ ਆ ਜੀ ਦੂਸਰਾ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਿਹੜੇ ਇਹ ਅਸਲੀ ਬਣਾਏ ਹੋਏ ਕਿਸਾਨਾਂ ਦੇ ਰੂਟ ਸੀਗੇ 26 ਜਨਵਰੀ ਤੇ ਕਈ ਹੁਣ ਕਹਿ ਰਹੇ ਕਿ ਉਹਦੇ ਵਿੱਚੋਂ ਲੋਕਾਂ ਨੂੰ ਉਕਸਾ ਕੇ ਲੈ ਗਏ ਜਾਂ ਲੋਕੀ ਆਪ ਮੁਹਾਰੇ ਹੋ ਕੇ ਚੱਲ ਗਏ ਤੁਹਾਨੂੰ ਕੀ ਲੱਗਦਾ ਕਿ ਲੋਕੀ ਜਿਹੜੇ ਉਹ ਕੇਸ ਕੀ ਹੋਇਆ ਕੀ ਸਰ ਅਸਲ ਵਿੱਚ ਏਦਾਂ ਹੋਇਆ ਜਿਹੜਾ ਰੂਟ ਦਿੱਤਾ ਗਿਆ ਸੀਗਾ ਜਾਣ ਲਈ ਕਿਸਾਨ ਜਥੇਬੰਦੀਆਂ ਉਸ ਰੂਟ ਦੀ ਤਿਆਰੀ ਕਰਨ ਲੱਗ ਪਏ ਪਰ ਸਰਕਾਰ ਨੇ ਇੱਕ ਚਾਲ ਚੱਲੀ ਉਹਨਾਂ ਤੇ ਬੈਰੀਗੇਡ ਕਰਕੇ ਸਰਕਾਰੀ ਬੰਦੇ ਆਪ ਕਹਿ ਰਹੇ ਸੀਗੇ ਕਿ ਤੁਸੀਂ ਜੇ ਲਾਲ ਕਿਲੇ ਜਾਣਾ ਆ
ਤੇ ਉਧਰ ਨੂੰ ਚੱਲ ਜਾਓ ਪਰ ਜਿੱਧਰ ਤੁਹਾਨੂੰ ਰੋਡ ਦੀ ਪਰਮਿਸ਼ਨ ਦਿੱਤੀ ਉਧਰਲੀ ਸਾਈਡ ਨਹੀਂ ਜਾਣ ਦਿੱਤਾ ਉਹ ਇਸੇ ਕਰਕੇ ਰਸ਼ ਜ਼ਿਆਦਾ ਸੀਗਾ ਲੋਕਾਂ ਨੂੰ ਜਦੋਂ ਥਾਂ ਮਿਲਿਆ ਉਹ ਜਾਂਦੇ ਰਹੇ ਸਰਕਾਰ ਵੀ ਚਾਹੁੰਦੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਇਹੋ ਲਾਲ ਕਿਲੇ ਪਹੁੰਚਣ ਤੇ ਉੱਥੇ ਕੋਈ ਇਹੋ ਜਿਹੀ ਗੱਲਬਾਤ ਹੋਵੇ ਤਾਂ ਅਸੀਂ ਅੰਦੋਲਨ ਖਤਮ ਕਰੀਏ ਹੁਣ ਰੱਖੋ ਜੀ ਇੱਕ ਮਿੰਟ ਜੀ ਜੀ ਓਕੇ ਵੀਰ ਜੀ ਤੇ ਆਪਾਂ ਇਸੇ ਤਰ੍ਹਾਂ ਮੰਦੀ ਸਾਹਿਬ ਜਿੰਨੀ ਤੁਸੀਂ ਇਨਫੋਰਮੇਸ਼ਨ ਦਿੱਤੀ ਆ ਤੇ ਹੁਣ ਤੁਸੀਂ ਵਾਪਸ ਤੁਹਾਡੀ ਬਾਰੀ ਤੁਸੀਂ ਦੱਸਿਆ ਕਿ ਪਿੰਡਾਂ ਵਾਲਿਆਂ ਨੇ ਬਾਰੀਆਂ ਪਾ ਲਈਆਂ ਵਾਪਸ ਜਾਣ ਨੂੰ ਤੇ ਹੁਣ ਤੁਹਾਡੀ ਬਾਰੀ ਕਦੋਂ ਆਊਗੀ ਹਾਂਜੀ ਹੁਣ ਅਸੀਂ ਇਸ 11 ਤਰੀਕ ਨੂੰ ਜਾ ਰਹੇ ਹਾਂ ਜੀ ਸਾਡਾ 10 ਬੰਦਿਆਂ ਦਾ ਜਥਾ ਆ ਜਿੱਦਾਂ ਪਹਿਲਾਂ ਜਿਹੜੇ ਗਏ ਜਥਾ ਉਹਨਾਂ ਨੇ 11 ਤਰੀਕ ਨੂੰ ਵਾਪਸ ਆਉਣਾ ਸਾਡੇ ਪਹੁੰਚਣ ਤੋਂ ਬਾਅਦ ਹੀ ਵਾਪਸ ਆਉਣਾ ਜੀ ਤੇ ਇਸੇ ਤਰ੍ਹਾਂ ਹੀ ਇੱਕ ਮਿੰਟ ਇਦਾਂ ਹੀ ਲਾਈਨ ਤੇ ਰਹੋ ਸ਼ਾਇਦ ਆਪਣੇ ਨਾਲ ਸੱਜਣ ਜੁੜੇ ਨੇ ਤੁਹਾਨੂੰ ਕੁਝ ਪੁੱਛਣਾ ਚਾਹੁੰਦੇ ਨੇ ਜੀ ਤੁਸੀਂ ਆਉਣੇ ਰਹੋ ਤੁਹਾਡਾ ਬਹੁਤ ਸਵਾਗਤ ਹੈ ਜੀ ਜਸ ਟੀਵੀ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਮੈਂ ਸ਼ਮਸ਼ੀਰ ਰੰਧਾਵਾ ਬੋਲਦਾ ਮਲੌਕੀ ਤੋਂ ਜੀ 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 ਇਹਨਾਂ ਨੂੰ ਜਲਦੀ ਜੇ ਨਾ ਕਰੀ ਮੋਦੀ ਸਰਕਾਰ ਨੇ ਕੋਈ ਫੈਸਲਾ ਇਹਨਾਂ ਦਾ ਤੇ ਜਦੋਂ ਵੀ ਕਾਲਜ ਯੂਨੀਵਰਸਿਟੀਆਂ ਖੁੱਲਣਗੀਆਂ ਸਾਰੇ ਸਟੂਡੈਂਟ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਜਾਣੇ ਜੀ ਥੈਂਕਸ ਵੀਰ ਜੀ ਥੈਂਕ ਯੂ ਧੰਨਵਾਦ ਜੀ ਤੁਹਾਡਾ ਥੈਂਕ ਯੂ ਵੀਰ ਜੀ ਹਾਂਜੀ ਵੀਰ ਜੀ ਤੁਸੀਂ ਸੁਣਿਆ ਕਿ ਬਾਹਰੋਂ ਲੋਕੀ ਵੀ ਕਿੰਨੇ ਤੜਫ ਰਹੇ ਨੇ ਕਿ ਅਸੀਂ ਵੀ ਜਾਈਏ ਸ਼ਮਸ਼ੀਰ ਸਿੰਘ ਜੀ ਸੀਗੇ ਜਿਹੜੇ ਵਿਸਕਾਂਸਨ ਤੋਂ ਇਹ ਕਾਫੀ ਵਾਰ ਸਾਡੇ ਨਾਲ ਅੱਗੇ ਵੀ ਜੁੜ ਚੁੱਕੇ ਨੇ ਪਰ ਇਹ ਹਰ ਵਾਰੀ ਜ਼ਰੂਰ ਆਪਣੇ ਵਿਚਾਰ ਦੱਸਦੇ ਨੇ ਤੇ ਇਸੇ ਤਰ੍ਹਾਂ ਤੁਸੀਂ ਦੇਖਦੇ ਕਿ ਜਿਹੜੇ ਬਾਹਰਲੇ ਲੋਕੀ ਵੀ ਆ ਉਹ ਵੀ ਇਸ ਗੱਲ ਨੂੰ ਲੈ ਕੇ ਤੜਫ ਰਹੇ ਨੇ ਕਾਫੀ ਚਿੰਤਕ ਨੇ ਕਿ ਮੋਦੀ ਸਰਕਾਰ ਜਾਂ ਜਿਹੜੇ ਬੀਜੇਪੀ ਦੀ ਸਰਕਾਰ ਜਿਹੜੇ ਵੀ ਬੰਦੇ ਬੈਠੇ ਨੇ ਪਿੱਛੇ ਨੇ ਕਿ ਬੈਕਆਊਟ ਕਿਉਂ ਨਹੀਂ ਹੋ ਰਿਹਾ ਇੱਕ ਜਲਦੀ ਦੱਸਿਓ ਕਿ ਟਾਈਮ ਹੁੰਦਾ ਜਾਂਦਾ ਕਿ ਕੀ ਰੀਜ਼ਨ ਹੈ ਜਿਹੜਾ ਸਰਕਾਰ ਬੈਕ ਨਹੀਂ ਹੋਣਾ ਚਾਹੁੰਦੀ ਸਰ ਜਿਸ ਤਰ੍ਹਾਂ ਮੈਨੂੰ ਲੱਗਦਾ ਜੀ ਸਰਕਾਰ ਪਹਿਲਾਂ ਹੀ ਵਿਕੀ ਹੋਈ ਆ ਇਹ ਜਿਹੜੇ ਪੂੰਜੀਪਤੀ ਉਹਨਾਂ ਲਈ ਕਠਪੁਤਲੀ ਆ ਤੇ ਸਰਕਾਰ ਜਿੱਦਾਂ ਸਿਰਫ ਨਾ ਮੰਨਣ ਦਾ ਤਾਂ ਇਹੋ ਹੀ ਕਾਰਨ ਆ ਕਿ ਉਹਨਾਂ ਨੂੰ ਉਹਨਾਂ ਦਾ ਡਰ ਹੋਊਗਾ ਕਿਸੇ ਤਰੀਕੇ ਨਾਲ ਪਰ ਇਹ ਜਿਹੜੇ ਕਾਨੂੰਨ ਬਣਾਏ ਪੂੰਜੀਪਤੀਆਂ ਦੇ ਫਾਇਦੇ ਲਈ ਆ ਕਿਸਾਨਾਂ ਲਈ ਤਾਂ ਕੋਈ ਵੀ ਇਹਦਾ ਫਾਇਦਾ ਨੀਗਾ ਜੀ ਉਹ ਸਿਰਫ ਉਹਨਾਂ ਤੋਂ ਡਰਦੀ ਸਰਕਾਰ ਮੇਰੇ ਹਿਸਾਬ ਨਾਲ ਹਾਲੇ ਤੱਕ ਨਹੀਂ ਮੰਨ ਰਹੀ ਮਨਦੀਪ ਸਿੰਘ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਚੈਨਲ ਲਈ ਟਾਈਮ ਕੱਢ ਕੇ ਆ ਜਿਹੜੇ ਪਿੰਡਾਂ ਦੀ ਸੱਚਾਈ ਆ ਉਹ ਮੂਹਰੇ ਲੈ ਕੇ ਆਉਂਦੀ ਤੇ ਉਮੀਦ ਰੱਖਦਾ ਕਿ ਆਉਣ ਵਾਲੇ ਸਮੇਂ ਵੀ ਸਾਨੂੰ ਲੋੜ ਹੋਵੇ ਤਾਂ ਤੁਸੀਂ ਜ਼ਰੂਰ ਸਾਨੂੰ ਅਪਡੇਟ ਦਿਓਗੇ ਜਿਹੜਾ ਸਮਾਂ ਆ ਜਿੱਦਾਂ ਤੁਹਾਨੂੰ ਮੈਂ ਦੱਸਿਆ ਇਹ ਪਤਾ ਨਹੀਂ ਵੀ ਸੂਈ ਦਾ ਕਿਹੜੀ ਚੀਜ਼ ਆ ਸਾਡੇ ਨਾਲ ਬਹਿ ਰਿਹਾ ਬਹੁਤ ਜਲਦੀ ਨਿਕਲਦਾ ਆਹ ਗੱਲਾਂ ਕਰਦਿਆਂ ਕਰਦਿਆਂ ਤੇ ਪਿੰਡ ਚਲੇ ਗਏ ਪਿੰਡ ਅੱਜ ਤੋਂ 35 ਸਾਲ ਪਹਿਲਾਂ ਪਿੰਡ ਛੱਡਿਆ ਸੀ ਲੇਕਿਨ ਫਿਰ ਵੀ ਉਹ ਪਿੰਡ ਦੀਆਂ ਗਲੀਆਂ ਚੇਤੇ ਆ ਗਈਆਂ ਜਿੱਥੇ ਖੇਡੇ ਸੀ ਲੇਕਿਨ ਇਹ ਸਰਕਾਰਾਂ ਤੇ ਬਾਕੀ ਜਿਹੜੇ ਪੂੰਜੀਪਤੀ ਤੁਸੀਂ ਦੱਸਿਆ ਇਹ ਸਾਰੇ ਰਲ ਕੇ ਪਤਾ ਨਹੀਂ ਇੰਡੀਆ ਦੇ ਲੋਕਾਂ ਨੂੰ ਡੋਬਣ ਤੇ ਕਿਉਂ ਹੋਏ ਆ ਇਹ ਗੱਲ ਹੁਣ ਤਾਂ ਬੱਸੋਂ ਬਾਹਰ ਆ ਲੇਕਿਨ ਇੱਕ ਗੱਲ ਤੁਹਾਨੂੰ ਜ਼ਰੂਰ ਦੱਸੂਗਾ ਕਿ ਹੁਣ ਬਹੁਤ ਹਰ ਤਰ੍ਹਾਂ ਦੇ ਜਿਹੜੇ ਇੱਥੇ ਦੇ ਮੇਅਰ ਵੀ ਸੀ ਬੇਕਰਸਫੀਲਡ ਦੇ ਮੇਅਰ ਵੱਖਰੀ ਵੱਖਰੇ ਕੰਟਰੀਆਂ ਤੋਂ ਲੋਕੀ ਜੁੜਨ ਲੱਗ ਗਏ ਨੇ ਮੈਨੂੰ ਲੱਗਦਾ ਕਿ ਇਹ ਅੰਦੋਲਨ ਹੁਣ ਇਕੱਲੇ ਹਿੰਦੁਸਤਾਨ ਦਾ ਵੀ ਨਹੀਂ ਰਿਹਾ ਇਹ ਸਾਰੇ ਵਰਲਡ ਦਾ ਅੰਦੋਲਨ ਬਣ ਚੁੱਕਿਆ ਮੈਨੂੰ ਲੱਗਦਾ ਤੇ ਇਸੇ ਤਰ੍ਹਾਂ ਜਿਹੜੀ ਘੜੀ ਆ ਉਹ ਚੱਲਦੀ ਚੱਲਦੀ ਪਹੁੰਚ ਗਈ ਇੱਕ ਬ੍ਰੇਕ ਦਾ ਬੇੜਾ ਹੋ ਗਿਆ ਬ੍ਰੇਕ ਲਵਾਂਗੇ ਇੱਕ ਛੋਟੀ ਜਿਹੀ ਤੇ ਇਸੇ ਤਰ੍ਹਾਂ ਜੁੜੇ ਰਹੋ ਤੁਸੀਂ ਕਾਲ ਕਰਨੀ ਚਾਹੁੰਦੇ ਹੋ ਕਰ ਸਕਦੇ ਹੋ ਜਾਂ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਬਰਾਡ ਐਟ ਜਸਟ ਬ੍ਰੋਡਕਾਸਟਿੰਗ ਡਾਟ ਤੇ ਵੀ ਮੈਨੂੰ ਭੇਜ ਸਕਦੇ ਹੋ ਮੈਂ ਲੋਕਲ ਆ ਇੰਡੀਅਨ ਆਪਸ ਦੇ ਵਿੱਚ ਤੁਸੀਂ ਜੁੜੇ ਰਹੋ ਆਪਾਂ ਨੈਕਸਟ ਕਾਲਰ ਲੈ ਕੇ ਨੈਕਸਟ ਆਪਣੇ ਨਾਲ ਸੱਜਣ ਜੁੜਨਗੇ ਇੱਥੋਂ ਆਪਾਂ ਗੱਲਾਂ ਬਾਤਾਂ ਕਰਾਂਗੇ ਦਿਓ ਇੱਕ ਛੋਟੀ ਜਿਹੀ ਬ੍ਰੇਕ ਦਾ ਵੇਲਾ ਸਤਿ ਸ਼੍ਰੀ ਅਕਾਲ ਆਓ ਆਪਾਂ ਨੂੰ ਰੂਬਰੂ ਕਰਾਉਣਾ ਗੁਰਿੰਦਰ ਸਿੰਘ ਜੀ ਖਾਲਸਾ ਖਾਲਸਾ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਵਾਹਿਗੁਰੂ ਖਾਲਸਾ ਫਤਿਹ ਜੀ ਖਾਲਸਾ ਜੀ ਤੁਸੀਂ ਆਬਵੀਅਸਲੀ ਪ੍ਰੋਗਰਾਮ ਸੁਣਦੇ ਹੋਣੇ ਕਿ ਜਿਹੜਾ ਆਪਾਂ ਇੰਡੀਆ ਤੋਂ ਇੱਕ ਆਪਣੇ ਨਾਲ ਵਿਊਰ ਜੋੜਿਆ ਹੋਇਆ ਸੀ ਕਿ ਪਿੰਡਾਂ ਵਾਲੇ ਲੋਕ ਕੀ ਸੋਚਦੇ ਨੇ ਤੇ ਪਿੰਡਾਂ ਵਾਲੇ ਲੋਕ ਕੀ ਉਹਨਾਂ ਦਾ ਵਿਚਾਰ ਕਿੱਦਾਂ ਨੇ ਤੁਸੀਂ ਸੁਣਿਆ ਹੋਣਾ ਆਬਵੀਅਸਲੀ ਮੈਂ ਉੱਥੇ ਵਾਪਸ ਆਉਣਾ ਉਸ ਗੱਲ 'ਤੇ ਕਿ ਜਿਹੜੇ ਇੱਥੇ ਲੋਕ ਨੇ ਜਿਸ ਤਰ੍ਹਾਂ ਸ਼ਮਸ਼ੇਰ ਸਿੰਘ ਜੀ ਦੀ ਕਾਲ ਆਈ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀਆਂ ਖੁੱਲ੍ਹ ਜਾਣਗੀਆਂ ਤੁਸੀਂ ਕੀ ਸੋਚਦੇ ਹੋ ਸਾਰੇ ਬਾਰੇ ਕਿ ਇਹ ਜੋ ਸਰਕਾਰਾਂ ਕਰਾ ਰਹੀਆਂ ਕਿ ਜਿਹੜੇ ਵਿੱਚ ਇਹ ਵੀ ਅਫਵਾਹਾਂ ਆ ਗਈਆਂ ਨੇ ਕਿ ਬਾਹਰਲੇ ਲੋਕ ਜਿਹੜੇ ਉਹ ਨਾ ਬੋਲਣੇ ਆ ਸਾਡੇ ਮੁਲਕ ਦੇ ਵਿੱਚ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਹਾਂਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਤੁਸੀਂ ਤੁਹਾਡਾ ਜਿਹੜਾ ਪ੍ਰੋਗਰਾਮ ਹਮੇਸ਼ਾ ਬੜਾ ਇੰਟਰਸਟਿੰਗ ਹੁੰਦਾ ਔਰ ਬੜੇ ਸਿੱਧੇ ਤੁਸੀਂ ਕੁਐਸਚਨ ਕਰਦੇ ਹੋ ਇਹ ਸਾਰੇ ਜਵਾਬ ਦੇਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਅੱਜ ਦੇ ਜਿਹੜਾ ਉੱਥੇ ਹਿੰਦੁਸਤਾਨ 'ਚ ਖਾਸ ਕਰਕੇ ਜਿਹੜਾ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਅੱਜ ਬਹੁਤ ਹੀ ਮੰਦਭਾਗਾ ਜਿਹੜਾ ਬਿਆਨ ਉੱਥੋਂ ਦੇ ਪ੍ਰਾਈਮ ਮਿਨਿਸਟਰ ਮੋਦੀ ਨੇ ਦਿੱਤਾ ਉਹ ਇੱਕ ਤਰ੍ਹਾਂ ਦੀ ਪੂਰੇ ਵਰਲਡ ਦੇ ਮੂੰਹ ਨੇ ਇਨਸਲਟ ਕੀਤੀ ਹੈ ਉਹਨੇ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਬੁੱਧੀਜੀਵੀ ਨੇ ਜਾਂ ਹੋਰ ਜੀਵੀ ਨੇ ਜਿਵੇਂ ਅਲੱਗ ਅਲੱਗ ਇੰਟਲੈਕਚੁਅਲ ਦੀ ਅਸੀਂ ਕਲਾਸ ਹੁੰਦੀ ਹੈ ਕਹਿੰਦੇ ਇੱਕ ਨਵੀਂ ਕਹਿੰਦਾ ਕੁਛ ਦਿਨਾਂ ਮੈਂ ਮੈਨੇ ਕੁਛ ਦਿਨਾਂ ਸੇ ਮੈਨੇ ਦੇਖਾ ਹੈ ਕੁਛ ਸਾਲੋਂ ਸੇ ਦੇਖਾ ਹੈ ਕਹਿੰਦਾ ਵੀ ਜਿਹੜਾ ਵੀ ਉਹ ਜਿਹੜੇ ਨੇ ਪ੍ਰਦਰਸ਼ਨ ਜੀਵੀ ਨੇ ਪ੍ਰਦਰਸ਼ਨਕਾਰੀ ਨੇ ਉਹਦਾ ਮਤਲਬ ਹੈਗਾ ਕਿ ਹੀ ਇਜ਼ ਡਾਇਰੈਕਟਲੀ ਚੈਲੇਂਜਿੰਗ ਦੀ ਫੰਡਾਮੈਂਟਲ ਰਾਈਟ ਆਫ ਐਵਰੀ ਹਿਊਮਨ ਬੀਇੰਗ ਹੂਐਵਰ ਇਜ਼ ਇਨ ਦ ਡੈਮੋਕਰੇਟਿਕ ਸੈਟਅਪ ਖਾਸ ਕਰਕੇ ਉਹਨੇ ਸਿਰਫ ਹਿੰਦੁਸਤਾਨ ਦੇ ਹੀ
ਜਿਹੜੇ ਨੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਹੀ ਬੇਇੱਜ਼ਤ ਨਹੀਂ ਕੀਤਾ, ਉਹਨੇ ਬਲਕਿ ਪੂਰੇ ਵਰਲਡ ਦੇ ਵਿੱਚ, ਜਿਸ ਤਰ੍ਹਾਂ ਰੀਸੈਂਟਲੀ ਅਸੀਂ ਦੇਖਿਆ ਕਿ ਅਮਰੀਕਾ ਦੇ ਵਿੱਚ ਬਲੈਕ ਲਾਈਫ ਮੈਟਰਸ ਦੇ ਦੌਰਾਨ, ਜੋਰਜ ਫਲੋਇਡ ਦੀ ਜਾਨ ਜਾਣ ਤੋਂ ਬਾਅਦ, ਖਾਸ ਕਰਕੇ ਜਿਹੜਾ ਇੱਥੋਂ ਦੇ ਸਦਰ ਨੇ, ਇੱਥੋਂ ਦੇ ਜਿਹੜੇ ਪ੍ਰੈਜੀਡੈਂਟ ਨੇ, ਉਹਨਾਂ ਨੇ ਆਪਣਾ ਵਾਈਸ ਪ੍ਰੈਜੀਡੈਂਟ ਦਾ ਕੈਂਡੀਡੇਟ ਹੈ ਉਹ ਮਤਲਬ ਕਿ ਬਲੈਕ ਵੋਮਨ ਨੂੰ ਲਿਆ। ਇਹ ਦੇਖ ਲਓ ਕਿ ਇਹ ਥੋੜ੍ਹਾ ਜਿਹਾ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਫੋਰਸਿਸ ਨੇ, ਇਹ ਸੇਮ ਉਹੀ ਫੋਰਸਿਸ ਨੇ ਫਾਸਿਜ਼ਮ ਦੀਆਂ ਜਾਂ ਅਥੋਰੀਟੇਰੀਅਨ ਦੀਆਂ, ਜਿਹੜੀਆਂ ਕਿ ਸ਼ੁਰੂਆਤ ਦੇ ਵਿੱਚ ਇੱਦਾਂ ਹੀ ਇਹਦਾ ਕਾਰਵਾਈ ਸ਼ੁਰੂ ਹੁੰਦੀ ਹੈ। ਇਹ ਦੇਖ ਲਓ ਗੋਦਰਾ ਕਾਂਡ ਤੋਂ ਸ਼ੁਰੂ ਹੋ ਕੇ ਹੁਣ ਇੱਥੇ ਦਿੱਲੀ ਦੀ 26 ਜਨਵਰੀ ਤੱਕ ਜਿਸ ਤਰ੍ਹਾਂ ਇਹੋ ਜਿਹੇ ਲੋਕ ਪਹੁੰਚੇ, ਔਰ ਇਹ ਲੋਕ ਇਸ ਟਾਈਮ ਹਿੰਦੁਸਤਾਨ ਦੀ ਡੈਮੋਕ੍ਰੇਸੀ ਦੇ ਕਾਬਜ਼ ਹੋ ਕੇ ਉਹਨੂੰ ਹਿੰਦੁਸਤਾਨ ਨੂੰ ਚਾਹ ਵੇਚਦੇ ਇਸ ਟਾਈਮ ਪੂਰਾ ਦੇਸ਼ ਵੇਚਣ ਲੱਗੇ ਨੇ। ਪਰ ਮੈਂ ਇਹ ਲਿਆਉਣਾ ਚਾਹੁੰਦਾ ਕਿ ਉਹਨੇ ਪੂਰੇ ਵਰਲਡ ਦੇ ਜਿਹੜੇ ਵੀ ਸਾਡੇ ਪ੍ਰੋਟੈਸਟਰਸ ਨੇ ਜਾਂ ਪ੍ਰਦਰਸ਼ਨ ਨੇ, ਪ੍ਰਦਰਸ਼ਨ ਕਰਨ ਵਾਲਿਆਂ ਨੂੰ, ਪ੍ਰਦਰਸ਼ਨਕਾਰੀਆਂ ਨੂੰ ਉਹਦੀ ਬੇਇੱਜ਼ਤੀ ਕੀਤੀ ਹੈ ਵੀ ਇਹ ਇੱਕ ਨਵੀਂ ਕਲਾਸ ਉੱਠ ਗਈ ਹੈ, ਬੇਮੈਨੇ ਹੈ, ਇਹ ਤੋਂ ਬਚੋ। ਇਹ ਜਿਸ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਰਮਨੀ ਦੇ ਵਿੱਚ ਵੀ ਹਿਟਲਰ ਤੋਂ ਪਹਿਲਾਂ ਉਹ ਮੁਲਕ ਬੜਾ ਡੈਮੋਕ੍ਰੇਟਿਕ ਸੈਟਅਪ ਸੀਗਾ, ਔਰ ਉਹਨੇ ਹੌਲੀ 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 ਮਤਲਬ ਕਿ ਉਹਦੀ ਤਰੱਕੀ ਦੇ ਨਾਂ ਦੇ ਉੱਤੇ, ਉਹਦੇ ਜਿਹੜੀ ਐਕਸਪੈਂਸ਼ਨ ਦੇ ਨਾਂ ਦੇ ਉੱਤੇ, ਉਹਨੇ ਆਪਣੇ ਆਪ ਨੂੰ ਦੇਸ਼ ਨੂੰ ਪਾਵਰਫੁਲ ਕਰਨ ਦੇ ਨਾਂ ਦੇ ਅੰਦਰ ਉਹਨੇ ਦੇਖੋ ਕਿਸ ਤਰ੍ਹਾਂ ਐਡਾ ਵੱਡਾ ਜੈਨੋਸਾਈਡ, ਐਡਾ ਵੱਡਾ ਕਤਲੇਆਮ ਉਹਨੇ ਜੂਸ ਦਾ ਕੀਤਾ, ਔਰ ਉਹਨੇ ਇੰਨੀ ਤਸ਼ੱਦਦ ਕੀਤੀ ਜੇ ਦੈਟ ਟਰਨ ਇਨ ਟੂ ਏ ਵਰਲਡ ਵਾਰ। ਸੋ ਸਾਨੂੰ ਇਹ ਚੀਜ਼, ਉਹ ਜਿਸ ਤਰ੍ਹਾਂ ਦੇ ਉਹ ਇਸ ਟਾਈਮ ਲਫ਼ਜ਼ ਯੂਜ਼ ਕਰ ਰਹੇ ਨੇ, ਜਿੱਥੋਂ ਦੀ ਜਿਵੇਂ ਦੀਆਂ ਗਤੀਵਿਧੀਆਂ ਕਰ ਰਹੇ ਨੇ, ਜੇ ਅੱਜ ਅਸੀਂ ਇਕੱਠੇ ਹੋ ਕੇ ਪੂਰਾ ਵਰਲਡ, ਇਹ ਨਾ ਸੋਚ ਕੇ ਕਿ ਅਸੀਂ ਸਿੱਖ ਹਾਂ, ਅਸੀਂ ਹਿੰਦੂ ਹਾਂ, ਅਸੀਂ ਫਲਾਣਾ, ਅਸੀਂ ਟੁਕਾਣਾ, ਐਜ ਏ ਹਿਊਮਨ ਬੀਂਗ ਸਾਨੂੰ ਇਹ ਉੱਠਣਾ ਪੈਣਾ। ਇਹ ਬਹੁਤ ਹੀ ਘਾਤਕ ਗੱਲਾਂ ਨੇ ਇਹ, ਜਿਹਨੂੰ ਜੇ ਅਸੀਂ ਅੱਜ ਇਹ ਸਿਰਫ ਦੇਖ ਲਓ, ਜਿਸ ਤਰ੍ਹਾਂ ਹੁਣ ਪਿੱਛੇ ਭਾਈ ਸਾਹਿਬ ਜੀ ਬੋਲ ਕੇ ਗਏ ਨੇ ਉਹ ਪਿੰਡ ਦੇ, ਦੇਖ ਲਓ ਕਿ ਪਿੰਡ ਦਾ ਇੱਕ ਜ਼ਿਮੀਂਦਾਰ ਵੀ ਇਹ ਚੀਜ਼ ਸੋਚਦਾ ਕਿ ਪਰਮਾਤਮਾ ਨੇ ਜੋ ਕੀਤਾ ਉਹ ਬੜਾ ਚੰਗਾ ਕੀਤਾ, ਇਹ ਇੱਕ ਬਹਾਨਾ ਮਿਲਿਆ ਤਾਂ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਫੋਰਸਿਸ ਨੇ, ਜਿਹੜੀਆਂ ਪੋਲਰਾਈਜੇਸ਼ਨ ਦੀਆਂ ਫੋਰਸਿਸ ਨੇ, ਜਿਹੜੀਆਂ ਧਰੁਵੀਕਰਨ ਕਰ ਰਹੀਆਂ ਨੇ, ਜਿਹੜੀਆਂ ਕਿ ਉੱਥੇ ਉੱਥੋਂ ਦੇ ਫੰਡਾਮੈਂਟਲਿਜ਼ਮ ਨੂੰ ਬੜਾਵਾ ਦੇ ਰਹੀਆਂ ਨੇ, ਜਿਹੜਾ ਉੱਥੋਂ ਦੇ ਨੈਸ਼ਨਲਿਜ਼ਮ ਨੂੰ ਬੜਾਵਾ ਦੇ ਰਹੀਆਂ ਨੇ, ਔਰ ਖਾਸ ਕਰਕੇ ਜਿਹੜੀ ਵੀ ਆਵਾਜ਼ ਉੱਥੇ ਦੀ ਡੈਮੋਕ੍ਰੇਸੀ ਦੇ ਉੱਤੇ ਉੱਠਦੀ ਹੈ ਉਹਨੂੰ ਕਦੀ ਉਹਨੂੰ ਵੱਖਵਾਦ ਦਾ, ਕਦੀ ਅੱਤਵਾਦ ਦਾ, ਕਦੀ ਉਹਨੂੰ ਕਿਸੇ ਤਰ੍ਹਾਂ ਦਾ ਨਾਰਾ ਦੇ ਕੇ ਉਹਨੂੰ ਪਿੱਛੇ ਕੀਤਾ ਜਾਂਦਾ। ਇਹ ਹਿਸਾਬ ਲਾਓ ਕਿ ਅੱਜ ਇਹ ਪਰਮਾਤਮਾ ਨੇ ਬਹੁਤ ਹੀ ਅੱਛਾ ਕੀਤਾ ਤਾਂ ਕਿ ਇਹ ਜਿਹੜਾ ਪ੍ਰੋਗਰਾਮ ਬਣਿਆ, ਔਰ ਗੁਰੂ ਸਾਹਿਬ ਨੇ ਐਸੀ ਬਖਸ਼ ਕੀਤੀ ਹੈ ਕਿ ਸਿੱਖਾਂ ਦੀ ਅਗਵਾਈ ਹੇਠ ਅੱਜ ਦੇਖ ਲਓ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਚੱਕਾ ਜਾਮ ਸੀਗਾ, ਕੋਈ 10,000 ਮਤਲਬ ਰਿਊਟਰ ਜਿਹੜੀ ਇੱਥੋਂ ਦਾ ਸਭ ਤੋਂ ਵੱਡੀ ਨਿਊਜ਼ ਏਜੰਸੀ, ਉਹਨਾਂ ਨੇ ਦੱਸਿਆ ਵੀ 10,000 ਤੋਂ ਵੀ ਜ਼ਿਆਦਾ ਜਗ੍ਹਾ 'ਤੇ ਚੱਕਾ ਜਾਮ ਹੋਇਆ। ਤੋ ਸਾਨੂੰ ਅੱਜ ਮੇਰੀ ਹੱਥ ਜੋੜ ਕੇ ਬੇਨਤੀ ਹੈ ਇਸ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਜਿੰਨਾ ਵੀ ਸਾਡਾ ਭਾਵੇਂ ਉਹ ਸਿੱਖ ਹੈ, ਭਾਵੇਂ ਕਿਸੇ ਵੀ ਮਜ਼ਹਬ ਨਾਲ ਤਾਲੁਕਾਤ ਰੱਖਦਾ, ਖਾਸ ਕਰਕੇ ਜਿਹੜਾ ਵੀ ਹਿੰਦੁਸਤਾਨ ਦਾ ਰਹਿਣ ਵਾਲਾ ਇੱਥੇ ਹੈਗਾ ਇੰਡੀਆ ਦਾ, ਸਾਨੂੰ ਇਹਦੇ ਵਿੱਚ ਜਿਸ ਤਰੀਕੇ 'ਚ ਵੀ ਸਾਨੂੰ ਇਹਦੇ ਨਾਲ ਸਾਨੂੰ ਹਿੱਸਾ ਪਾਉਣਾ ਚਾਹੀਦਾ। ਸਭ ਤੋਂ ਵੱਡੀ ਗੱਲ ਉਹ 'ਚ ਹਿੱਸੇ ਪਾਉਣ ਦੀ ਇਹ ਹੈਗੀ ਹੈ ਕਿ ਜਿਸ ਤਰ੍ਹਾਂ ਸਿੱਖ ਕੋਲੀਸ਼ਨ ਦੇ ਵੈਬਸਾਈਟ 'ਤੇ ਤੁਸੀਂ ਜਾਓ, ਉਹਨਾਂ ਨੇ ਇੱਕ ਐਪਲੀਕੇਸ਼ਨ ਤਿਆਰ ਕੀਤੀ ਹੋਈ ਹੈ ਜਿਹਦੇ ਨਾਲ ਤੁਸੀਂ ਆਪਣੇ ਜਿੰਨੇ ਵੀ ਕਾਂਗਰਸਮੈਨ ਨੇ, ਰਿਪ੍ਰਜੈਂਟੇਟਿਵ ਨੇ, ਸੈਨੇਟਰਸ ਨੇ, ਚਾਹੇ ਉਹ ਲੋਕਲ ਲੈਵਲ 'ਤੇ ਨੇ, ਸਟੇਟ ਲੈਵਲ 'ਤੇ ਨੇ, ਫੈਡਰਲ ਲੈਵਲ 'ਤੇ ਨੇ, ਜਿੰਨੇ ਵੀ ਇਲੈਕਟਿਡ ਆਫੀਸ਼ਲਸ ਨੇ, ਉਹਨਾਂ ਤੱਕ ਪਹੁੰਚ ਕਰੋ ਔਰ ਉਹਨਾਂ ਕੋਲੋਂ ਸਟੇਟਮੈਂਟ ਲਓ, ਔਰ ਤਾਂ ਕਿ ਅਸੀਂ ਵੱਧ ਤੋਂ ਵੱਧ ਅਸੀਂ ਦੱਸ ਸਕੀਏ ਕਿ ਅੱਜ ਪੂਰਾ ਦੁਨੀਆ ਸਾਡੇ ਨਾਲ ਖਲੋਤੀ ਹੈ। ਇਹੀ ਸਭ ਤੋਂ ਵੱਡੀ ਸਾਡੀ ਇੱਕ ਇਹ ਐਡ ਹੋ ਸਕਦਾ। ਦੂਸਰਾ ਇਹ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਆਪਾਂ ਇੱਕ ਛੋਟੀ ਜਿਹੀ ਸਟੋਰੀ ਸੀਗੀ, ਕਹਿੰਦੇ ਵੀ ਇਹ ਕੋਈ ਚਿੜੀ ਸੀ, ਉਹ ਕੋਈ ਨਾ ਜੰਗਲ 'ਚ ਬਹੁਤ ਵੱਡੀ ਅੱਗ ਲੱਗ ਗਈ ਅਤੇ ਚਿੜੀ ਨਾ ਚੁੰਝ ਨਾਲ ਪਾਣੀ ਭਰ ਕੇ ਉੱਥੇ ਖੜਦੀ ਸੀ, ਅਤੇ ਦੂਜੇ ਜਾਨਵਰਾਂ ਨੇ ਪੁੱਛਿਆ ਵੀ ਤੇਰੇ ਚੁੰਝ ਦੇ ਵਿੱਚ ਪਾਣੀ ਨਾਲ ਕੀ ਫਰਕ ਪੈਣਾ। ਉਹ ਕਹਿੰਦੇ ਵੀ ਜਦੋਂ ਵੀ ਕਿਤੇ ਇਸ ਜਿਹੜੀ ਅੱਗ ਦੀ ਗੱਲ ਚੱਲੇਗੀ, ਉਦੋਂ ਜ਼ਰੂਰ ਕਿਤੇ ਨਾ ਕਿਤੇ ਯਾਦ ਆਏਗਾ ਕਿ ਉਹ ਚਿੜੀ ਵੀ ਇਹਦੇ ਵਿੱਚ ਭਾਗੀਦਾਰ ਸੀ। ਤੋ ਇਸ ਕਰਕੇ ਨੈਵਰ ਥਿੰਕ ਕਿ ਵੀ ਆਰ ਜਸਟ ਅ ਡਰੋਪ ਇਨ ਦੀ ਓਸ਼ੀਅਨ, ਇਹ ਸੋਚੋ ਕਿ ਵੀ ਆਰ ਓਸ਼ੀਅਨ ਇਨ ਦੈਟ ਡਰੋਪ ਐਂਡ ਵੀ ਕੈਨ ਇੰਪੈਕਟ। ਅਸੀਂ ਇੱਥੇ ਬੈਠੇ ਹਾਂ, ਬੜੇ ਸਰਮਾਏਦਾਰ ਹਾਂ ਸਾਰੇ, ਜਿੰਨੇ ਵੀ ਅਮਰੀਕਾ ਦੇ ਵਿੱਚ ਸਾਡੇ ਭੈਣ ਭਰਾ ਬੈਠੇ ਨੇ, ਹਿੰਦੁਸਤਾਨ ਦੇ ਨੇ, ਖਾਸ ਕਰਕੇ ਪੰਜਾਬੀ ਵੀਰ ਨੇ ਆਪਣੇ ਗੁਰਸਿੱਖੀ ਨਾਲ ਜੁੜੇ ਹੋਏ ਜਿਹੜੇ ਨੇ, ਉਹ ਸਾਰੇ ਸਰਮਾਏਦਾਰ ਨੇ, ਤਨੋ ਮਨੋ ਅਤੇ ਤਨੋ। ਅਸੀਂ ਇੱਥੇ ਵੱਧ ਤੋਂ ਵੱਧ ਪ੍ਰੋਟੈਸਟ ਕਰੀਏ ਆਪਣੇ ਲੋਕਲ ਲੈਵਲ ਦੇ ਉੱਤੇ, ਵੱਧ ਤੋਂ ਵੱਧ ਅਸੀਂ ਆਪਣੇ ਜਿਹੜੇ ਲੋਕਲ ਇਲੈਕਟਿਡ ਆਫੀਸ਼ਲਸ ਨੇ, ਚਾਹੇ ਉਹ ਸਿਟੀ ਕੌਂਸਲ ਹੈ, ਮੇਅਰ ਹੈ, ਸਟੇਟ ਸੈਨੇਟਰਸ ਨੇ, ਹਾਊਸ ਰਿਪ੍ਰਜੈਂਟੇਟਿਵ ਨੇ, US ਸੈਨੇਟਰ ਨੇ, ਜਿਨ੍ਹਾਂ ਦੀ ਪਹੁੰਚ ਪ੍ਰੈਜੀਡੈਂਟ ਤੱਕ ਹੈ, ਉਹ ਸਾਰੇ ਹਰ ਤਰ੍ਹਾਂ ਦੀ ਇੱਥੇ ਇਸ ਟਾਈਮ ਕਰੀਏ, ਤਾਂ ਕਿ ਅਸੀਂ ਇਹ ਹੀ ਸਾਡੇ ਕੋਲ ਮੌਕਾ ਹੈ। ਜੇ ਇੱਕ ਮੌਕਾ ਚੁੱਕ ਕੇ ਜੇ ਇਸ ਟਾਈਮ
ਉਥੋਂ ਦੀ ਜਿਹੜੀ ਇਹ ਫੰਡਾਮੈਂਟਲਿਸਟ ਜਿਹੜੀ ਸਰਕਾਰ ਹੈਗੀ ਹੈ, ਜਿਹੜੀ ਤਾਨਾਸ਼ਾਹ ਸਰਕਾਰ ਹੈ ਉਥੋਂ ਦੀ ਅਥੋਰੀਟੇਰੀਅਨ ਸਰਕਾਰ ਹੈ ਜਿਹੜੀ ਮੋਦੀ ਦੀ, ਜੇ ਅਸੀਂ ਅੱਜ ਉਹਦੇ ਉੱਤੇ ਰੋਕ ਨਾ ਲਾ ਸਕੇ, ਇਹ ਸਾਨੂੰ ਇੱਕ ਮੌਕਾ ਹੈ। ਇਸ ਤੋਂ ਬਾਅਦ ਅਗਲਾ ਜਿਹੜਾ ਪੜਾਅ ਹੋਣਾ ਉਹ ਇਦੋਂ ਵੀ ਬਦਤਰ ਹੋ ਜਾਣਾ, ਔਰ ਇਸ ਟਾਈਮ ਕਿਸਾਨੀ ਨੂੰ ਬਚਾਉਣ ਦਾ ਨਹੀਂ ਹੈਗਾ, ਹਿੰਦੁਸਤਾਨ ਦੀ ਡੈਮੋਕ੍ਰੇਸੀ ਨੂੰ ਬਚਾਉਣ ਦਾ ਟਾਈਮ ਹੈਗਾ। ਦੂਜਾ ਮੈਂ ਤੁਹਾਨੂੰ ਇੱਕ ਜਿਹੜੀ ਆਪਣਾ ਪਿਛਲੇ ਵਾਰ ਲਾਸਟ ਇੰਡੀਆ ਤੋਂ ਜੁੜੇ ਹੋਏ ਸੀ ਸੱਜਣ ਮਨਦੀਪ ਸਿੰਘ ਜੀ, ਉਹਨਾਂ ਬਾਰੇ ਉਹਨਾਂ ਨੇ ਇੱਕ ਛੋਟੀ ਜਿਹੀ ਗੱਲ ਕਹੀ ਜਿਹੜੇ ਮੇਰੇ ਦਿਮਾਗ 'ਚ ਫਸੀ ਹੋਈ ਆ, ਕਿ ਬੜੀ ਪਿਆਰੀ ਗੱਲ ਸੀ ਕਿ ਜਿਹੜਾ ਬਾਕੀ ਮੁੱਦੇ ਨੇ ਉਹ ਸਾਈਡ 'ਤੇ ਰੱਖ ਲਓ ਕਿ ਕੌਣ ਗਦਾਰ ਆ ਕੌਣ ਨਹੀਂ, ਖਾਲਿਸਤਾਨ ਚਾਹੀਦਾ ਨਹੀਂ ਚਾਹੀਦਾ, ਉਹ ਜਿਹੜੀ ਸੋਚ ਸੀ ਮੇਰੇ ਬੜੀ ਮਨ ਨੂੰ ਲੱਗੀ ਕਿ ਆਪਾਂ ਜੇ ਸਾਰਿਆਂ ਨੂੰ ਇਹ ਕਹੀਏ ਵੀ ਚਾਹੇ ਇੱਥੇ ਖਾਲਿਸਤਾਨੀ ਆ ਜਾਂ ਉਹ ਆਪਣੇ ਹਿੰਦੂ ਵੀਰ ਆ ਜਾਂ ਮੁਸਲਮਾਨ ਵੀਰ ਆ ਜਾਂ ਜਿੰਨੇ ਵੀ ਧਰਮ ਇੰਡੀਆ ਦੇ ਵਿੱਚ ਨੇ, ਕਿ ਬਾਕੀ ਦੇ ਮੁੱਦੇ ਆਪਾਂ ਜੇ ਪਿੱਛੇ ਰੱਖ ਲਈਏ, ਜਿਹੜੇ ਕਿਸਾਨ ਅੰਨਦਾਤਾ ਆਪਾਂ ਨੂੰ ਰੋਟੀ ਦਿੰਦਾ, ਜੇ ਉਹਦੇ ਬਾਰੇ ਸੋਚ ਲਈਏ, ਕੀ ਕਹੋਗੇ ਇਹਦੇ ਬਾਰੇ? ਨਹੀਂ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਦੇਖੋ ਕੀ ਹੁੰਦਾ ਕਿ ਹੁਣ ਤੁਸੀਂ ਆਪ ਹੀ ਦੇਖ ਹੀ ਲਿਆ ਕਿ ਜਿੱਦਾਂ ਚਿਰ ਤੱਕ ਉੱਥੇ ਜ਼ਿਆਦਾ ਜਿਹੜੀ ਆਪਣੀ ਲੀਡਰਸ਼ਿਪ ਦੇ ਵਿੱਚ ਸਿਰਫ ਜ਼ਿਆਦਾਤਰ ਜਿਹੜੇ ਆਪਣੇ ਸਿੱਖ ਭਾਈਚਾਰੇ ਦੇ ਹੀ ਲੀਡਰ ਨੇ, ਉੱਥੇ ਕਿਸਾਨ ਲੀਡਰ ਜ਼ਿਆਦਾ ਸੀਗੇ, ਠੀਕ ਹੈ, ਇਸੇ ਵੀ ਇਸੇ ਗ੍ਰੇਟ ਥਿੰਗ ਕਿ ਪੰਜਾਬ ਨੇ ਉਹ 'ਚ ਇਨੀਸ਼ੀਏਟਿਵ ਲਿਆ, ਪਰ ਹੁਣ ਹਿਸਾਬ ਲਾਓ ਕਿ ਉਸ ਟਾਈਮ ਥੋੜ੍ਹੇ ਘੱਟ ਸੀਗੇ ਜਿਹਨੇ, ਖਾਸ ਕਰਕੇ ਜਿਹੜਾ ਜਾਟ ਬੈਲਟ ਹੈ ਹਰਿਆਣੇ ਦੀ, ਯੂਪੀ ਦੀ ਕੁਛ ਜਾਟ ਬੈਲਟ ਜਾਂ ਜਿਹੜੀ ਹੈਗੀ ਹੈ ਰਾਜਸਥਾਨ ਦੀ, ਇਹ ਲੋਕ ਪਹਿਲਾਂ ਥੋੜ੍ਹੇ ਘੱਟ ਸੀਗੇ, ਉਹਨਾਂ ਨੂੰ ਇੱਕ ਥੋੜ੍ਹਾ ਜਿਹਾ ਤਾਂ ਇੱਕ ਤਾਂ ਗੌਰਮੈਂਟ ਨੇ ਹੀ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਉਹਨਾਂ ਨੂੰ ਥੋੜ੍ਹਾ ਜਿਹਾ ਗੋਦੀ ਮੀਡੀਆ ਨੇ ਪ੍ਰਚਾਰ ਕੀਤਾ, ਨਾਲੇ ਉਹਨਾਂ ਨੂੰ ਥੋੜ੍ਹਾ ਜਿਹਾ ਸੰਕੋਚ ਸੀਗਾ ਵੀ ਇਹ ਪਤਾ ਨਹੀਂ ਹੁਣ ਕਿਸ ਰਾਹ 'ਤੇ ਚੱਲਣਗੇ ਨਾ, ਜਾਂ ਕੀ ਹੋਏਗਾ ਕੀ ਨਹੀਂ ਹੋਏਗਾ, ਪਤਾ ਨਹੀਂ ਇਹਨੂੰ ਗੋਦੀ ਮੀਡੀਆ ਮਤਲਬ ਮੋਦੀ ਨੂੰ ਤੋੜ ਵੀ ਸਕਣ, ਕਈ ਵਾਰੀ ਕਿਵੇਂ ਬੰਦਾ ਤਾਂ ਵੀ ਨਹੀਂ ਨਾਲ ਆਉਂਦੇ ਵੀ ਯਾਰ ਅਸੀਂ ਨਾਲ ਰਲ ਵੀ ਜਾਈਏ ਔਰ ਇਹ ਕਿਸੇ ਸਿਰੇ ਵੀ ਨਾ ਲੱਗੇ ਔਰ ਅਸੀਂ ਅਗਲੀ ਹੱਥ ਨਾ ਜਾਏ ਪਿਛਲੀ ਗੁੱਤਾ ਲੈ ਜਾਏ, ਵੀ ਉਹਨਾਂ ਦੇ ਆਪਣੇ ਆਪਣੇ ਜਿਹੜੇ ਨੇ ਅਲੱਗ ਅਲੱਗ ਪਾਰਟੀਆਂ ਦੇ ਨਾਲ ਆਪਣੇ ਸੰਬੰਧਿਤ ਹੁੰਦੇ ਨੇ, ਲੇਕਿਨ ਗੁਰੂ ਨੇ ਐਸੀ ਕਿਰਪਾ ਕੀਤੀ ਕਿ ਉਹ ਜਿਹੜਾ ਰਮੇਸ਼ ਰਜੇਸ਼ ਟਕੈਤ ਜੀ ਨੇ, ਜਿਹੜਾ ਟਕੈਤ ਬਹੁਤ ਅੱਛੇ ਮਤਲਬ ਕਿ ਉਹਨਾਂ ਨੇ ਜਿਹੜਾ ਉਸ ਟਾਈਮ ਉਹ ਮਤਲਬ ਕਿ ਭਾਵੁਕ ਹੋ ਕੇ ਉਹ ਰੋਏ, ਉਹਦੇ ਨਾਲ ਇਹ ਹਿਸਾਬ ਲਾਓ ਕਿ ਇੱਕ ਨਵੀਂ ਜਾਨ ਪਈ, ਔਰ ਅੱਜ ਜਿਹੜਾ ਆਪਾਂ ਦੇਖ ਰਹੇ ਹਾਂ ਕਿ ਹਰਿਆਣੇ ਦੇ ਵਿੱਚ, ਯੂਪੀ ਦੇ ਵਿੱਚ, ਰਾਜਸਥਾਨ ਦੇ ਵਿੱਚ ਬਹੁਤ ਬਹੁਤ ਵੱਡੀਆਂ ਖਾਪਾਂ ਨੇ, ਉਹਦੇ ਵਿੱਚ ਸਾਡੇ ਗੁਰਨਾਮ ਸਿੰਘ ਚੜੂਨੀ ਜਾਂ ਆਪਣਾ ਜਿਹੜੇ ਬਾਕੀ ਲੀਡਰ ਨੇ ਖਾਸ ਕਰਕੇ ਟਕੈਤ, ਉਹ ਵੀ ਉੱਥੇ ਪਹੁੰਚ ਰਹੇ ਨੇ, ਔਰ ਉਹਦੇ ਨਾਲ ਉਹਨਾਂ ਨੂੰ ਇੱਕ ਨੌਨ ਸਿੱਖ ਦਾ ਚਿਹਰਾ ਵੀ ਉਹਨਾਂ ਦੇ ਸਾਹਮਣੇ ਆਇਆ, ਉਹਦੇ ਨਾਲ ਉਹ ਹੋਰ ਨਾਲ ਜੁੜੇ ਨੇ, ਔਰ ਸਾਨੂੰ ਇਹ ਖੁਸ਼ੀ ਹੈ ਕਿਉਂਕਿ ਅਸੀਂ ਇੱਥੇ ਚਾਹੁੰਦੇ ਹਾਂ ਕਿ ਇੱਥੇ ਕੋਈ ਲੀਡਰਸ਼ਿਪ ਚਮਕਾਉਣ ਦਾ ਨਹੀਂ, ਅਸੀਂ ਤਾਂ ਚਾਹੁੰਦੇ ਹਾਂ ਵੀ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਬੰਦਾ ਜਿਹੜਾ ਇਸ ਜਨ ਅੰਦੋਲਨ ਜਿਹੜਾ ਗ੍ਰੇਟ ਰੈਵੋਲੂਸ਼ਨ ਬਣ ਗਿਆ, ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਵੱਡਾ ਇੱਕ ਰੈਵੋਲੂਸ਼ਨ ਬਣਿਆ, ਇਹਦੇ ਨਾਲ ਕਿਹੜਾ ਵੀ ਕਿਸੇ ਵੀ ਤਰੀਕੇ ਦੇ ਨਾਲ ਭਾਈਵਾਲ ਹੋ ਜਾਏ, ਜਿਸ ਤਰ੍ਹਾਂ ਹੁਣ ਤੁਸੀਂ ਇੱਕ ਤਰ੍ਹਾਂ ਦੇ ਇੱਥੋਂ ਲੈ ਕੇ ਆਉਂਦੇ ਹੋ, ਉਹਨਾਂ ਨੂੰ ਪੁੱਛਦੇ ਹੋ, ਗੱਲਬਾਤ ਕਰਦੇ ਹੋ, ਕੋਈ 100, 50, 1000, 5000, 10000 ਬੰਦਾ ਤੁਹਾਨੂੰ ਗੱਲ ਸੁਣਦਾ, ਅੱਗੇ ਤੋਂ ਅੱਗੇ ਬੰਦੇ ਦੀ ਗੱਲ ਪਹੁੰਚਦੀ ਹੈ, ਤੋ ਇਸ ਤਰ੍ਹਾਂ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਜਿਹੜੀ ਸਾਡੇ ਜਿਹੜੇ ਜਿੰਨੇ ਵੀ ਬੈਠੇ ਨੇ ਪੂਰੇ ਵਰਲਡ ਦੇ ਵਿੱਚ ਉਹ ਇਹਨਾਂ ਦੇ ਨਾਲ ਜੁੜਨ, ਔਰ ਜਿਹੜਾ ਤੁਹਾਡਾ ਕੁਐਸਚਨ ਹੈਗਾ ਕਿ ਹਾਂ ਜਿਹੜੀਆਂ ਦੂਜੀਆਂ ਆਪਾਂ ਜਿਹਨਾਂ ਦੀਆਂ ਭਾਵਨਾਵਾਂ ਖਾਲਿਸਤਾਨ ਨਾਲ ਜੁੜੀਆਂ ਨੇ ਜਾਂ ਵੱਖਵਾਦ ਦੀ ਕੋਈ ਐਸੀ ਗੱਲ ਨਹੀਂ ਹੈਗੀ, ਕੋਈ ਵੀ ਬੰਦਾ ਜਿਹੜਾ ਇੱਥੇ ਅਮਰੀਕਾ ਦੀ ਧਰਤੀ 'ਚ ਬੈਠਾ ਹੈ, ਜਿਹਨਾਂ ਦੇ ਉੱਥੇ ਮਾਂ ਪਿਓ, ਭੈਣ ਭਰਾ, ਸਕੇ ਸੰਬੰਧੀ, ਜਿਹਨਾਂ ਨੂੰ ਤਸ਼ੱਦਦ ਕੀਤੀ ਹੋਈ ਹੈ, ਕੋਈ ਉਹਨਾਂ ਨੂੰ ਨਹੀਂ ਮਿਲਿਆ, ਉਹਨਾਂ ਨੂੰ ਕੋਈ ਉਹਦਾ ਜਿਹੜਾ ਜਸਟਿਸ ਨਹੀਂ ਮਿਲਿਆ, ਉਹਨਾਂ ਨੇ ਤਾਂ ਆਵਾਜ਼ ਉਠਾਉਣੀ ਉਠਾਉਣੀ ਹੈ, ਔਰ ਇਹੀ ਮੋਦੀ ਹੈ ਜਿਹਨੇ ਮਤਲਬ ਕਿ 84 ਦੇ ਜਿਹੜਾ ਕਤਲੇਆਮ 84 ਦਾ ਜਿਹੜਾ ਜੈਨੋਸਾਈਡ ਹੈ ਉਹਨੂੰ ਵੇਚ ਵੇਚ ਕੇ ਇਹਨੇ ਪੰਜਾਬ ਦੇ ਵਿੱਚ ਵੋਟਾਂ ਲਈਆਂ ਸਿੱਖਾਂ ਕੋਲੋਂ, ਵੀ ਅਸੀਂ ਕਾਂਗਰਸ ਨੇ ਉਹ ਕਰਤਾ। ਹਾਂਜੀ, ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਆਪਾਂ ਜੇ ਜਿੰਨਾ ਮਰਜ਼ੀ ਪਿੱਛੇ ਨੂੰ ਜਾਈਏ ਪਰ ਜਿਹੜੀ ਘੜੀ ਇਹ ਪਿੱਛੇ ਨੂੰ ਜਾਣ ਨਹੀਂ ਦਿੰਦੀ। ਆਪਾਂ ਇੱਕ ਬਿਆ ਹੋ ਗਿਆ, ਛੋਟੀ ਜਿਹੀ ਬ੍ਰੇਕ ਦਾ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਦੇ ਜਿੰਨੇ ਸਰੋਤੇ ਦੇਖ ਰਹੇ ਨੇ, ਤੇ ਆਪਾਂ ਫਿਰ ਹਾਜ਼ਰ ਹਾਂ ਤੁਹਾਡੀ ਇੱਕ ਵਾਰੀ ਫਿਰ ਨਜ਼ਰ ਦੇ ਵਿੱਚ ਕਿ ਆਪਾਂ ਜਿਹੜੀਆਂ ਕੁਛ ਗੱਲਾਂ ਨੇ ਉਹ ਕਲੀਅਰ ਜ਼ਰੂਰ ਹੋਣੀਆਂ ਚਾਹੀਦੀਆਂ। ਇਹ ਸਿਲਸਿਲਾ ਸਾਡੇ ਨਾਲ ਖਾਲਸਾ ਜੀ ਗੁਰਿੰਦਰ ਸਿੰਘ ਜੀ ਖਾਲਸਾ ਜੁੜੇ ਹੋਏ ਨੇ, ਤੇ ਉਹਨਾਂ ਨੂੰ ਆਪਾਂ ਫਿਰ ਇੱਥੇ ਗੱਲ ਸ਼ੁਰੂ ਕਰਦੇ ਹਾਂ ਕਿ ਉਹ ਕਾਫੀ 84 ਤੱਕ ਵੀ ਪਿੱਛੇ ਚਲੇ ਗਏ ਸੀ। ਤੇ ਖਾਲਸਾ ਜੀ, ਮੇਰਾ ਇੱਕ ਬੜਾ ਵੱਡਾ ਹੋਰ ਕੁਐਸਚਨ ਆ ਕਿ ਜਿਹੜਾ ਇਹ ਆਪਾਂ ਸਿੱਖ ਕੌਮ ਲਾ ਲਓ ਜਾਂ ਹਿੰਦੂ ਕੌਮ ਲਾ ਲਓ ਜਾਂ ਜਿੰਨੇ ਵੀ ਧਰਮ ਨੇ, ਕਿ ਜੇ ਰਾਈਟ ਜਿਹੜਾ ਤੁਸੀਂ ਕਿਹਾ ਕਿ ਜਿਹੜਾ ਆਪਣਾ ਕੰਸਟੀਟਿਊਸ਼ਨ ਰਾਈਟ ਆ, ਜੇ ਉਹ ਮੋਦੀ ਖਤਮ ਹੀ ਕਰ ਦਿੰਦਾ, ਉਹਦੇ ਨਾਲ ਖਤਰਾ ਜੇ ਪਿੱਛੇ ਨੂੰ ਹਿਸਟਰੀ ਪੜ੍ਹੀਏ ਤਾਂ ਸਭ ਤੋਂ ਜ਼ਿਆਦਾ ਖਤਰਾ
मेरे ख्याल बाकी कौमां नूं होया सी, सिख कौम तां ऐसी कौम आ, तुसीं ज्यादा जाणदे हो उहदे बारे, कि उहनां ने खतरे सारे टाले सी। ते तुसीं की कहोगे कि जे खतरा, जे आपणे राइट खतम हो गया उत्थे, जिहड़े कॉन्स्टिट्यूशन राइट आ ਉਹ ਕਿਸੇ ਤਰੀਕੇ ਨਾਲ ਖਤਮ ਹੋ ਗਿਆ, ਤੇ ਸਭ ਤੋਂ ਜ਼ਿਆਦਾ ਮੁਸ਼ਕਲ ਕਿਹਨੂੰ ਆਊਗੀ? ਦੇਖੋ, ਸਭ ਤੋਂ ਜ਼ਿਆਦਾ ਜਦੋਂ ਵੀ ਇੱਦਾਂ ਕੋਈ ਹੁੰਦਾ, ਇਹ ਜਿੰਨੀਆਂ ਵੀ ਇਹ ਰਾਈਟਸ ਨੇ ਜਾਂ ਕੁਛ, ਇਹ ਕਹਿੰਦੇ ਵੀ ਯੂ ਕਿਲ ਸੰਬਡੀ ਵਿਦ 1000 ਵੂਨਸ, ਯੂ ਨੋ, ਉਹਦਾ ਕੀ ਹੁੰਦਾ ਕਿ ਜਦੋਂ ਵੀ ਇਹ ਇਵੇਂ ਦੇ ਜਿਹੜੇ ਜਿਹੜੀ ਇਹ ਅਥੋਰੀਟੇਰੀਅਨ ਰਾਜ ਹੁੰਦੇ ਨੇ, ਫਾਸਿਸਮ ਜਿਹੜਾ ਹੁੰਦਾ ਹੈ, ਖਾਸ ਕਰਕੇ ਜਿਵੇਂ ਦਾ ਮੋਦੀ ਦਾ ਰਾਜ ਹੈਗਾ, ਇਹਦੇ 'ਚ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਹੈ ਉਹ ਮਨੋਰਟੀਸ ਨੇ। ਸਾਨੂੰ ਇਹ ਪਤਾ ਕਿ ਸਿੱਖ ਸਿਰਫ ਉੱਥੇ 2% ਨੇ, ਉਸੇ ਤਰ੍ਹਾਂ ਜਿਹੜੇ ਕ੍ਰਿਸਚਨ ਨੇ ਵਿਚਾਰੇ 2% ਨੇ। ਔਰ ਇਹ ਜਿਹੜੀ ਇਹ RSS ਦਾ ਏਜੰਡਾ ਹੈ, ਮੋਦੀ ਸਰਕਾਰ ਦਾ ਇਹ ਏਜੰਡਾ ਹੈ ਕਿ ਉਹ ਕਹਿੰਦੇ ਵੀ ਕਿ ਜਿਹੜੇ ਸਿੱਖ, ਬੋਧੀ, ਜੈਨੀ, ਇਹ ਤਾਂ ਸਾਰੇ ਹਿੰਦੂ ਨੇ, ਸਾਨੂੰ ਤਾਂ ਸਿੱਖ ਮੰਨਦੇ ਹੀ ਨਹੀਂ। ਰਹੀ ਗੱਲ ਉਹਨਾਂ ਦੀ ਕਹਿਣ ਦੀ, ਜਿਹੜੀਆਂ ਜਿਹੜਾ ਇਸਲਾਮ ਹੈ ਅਤੇ ਜਾਂ ਕ੍ਰਿਸਚੈਨਿਟੀ ਹੈ, ਉਹ ਕਹਿੰਦੇ ਜੀ ਇਹ ਤਾਂ ਇੰਪੀਰੀਅਲਿਸਟਿਕ ਫੋਰਸਿਸ ਨੇ, ਇਹਨਾਂ ਨੇ ਹਜ਼ਾਰਾਂ ਸਾਲ ਤੱਕ ਸਾਨੂੰ ਗੁਲਾਮ ਕੀਤਾ, ਹੁਣ ਉਹਨਾਂ ਦੇ ਉਹਨਾਂ ਦਾ ਏਜੰਡਾ ਇਹ ਹੈ ਕਿ ਇਹਨਾਂ ਦੀ ਘਰ ਵਾਪਸੀ ਹੋਏ, ਜਾਂ ਤਾਂ ਇਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਏ ਜਾਂ ਇਹਨਾਂ ਨੂੰ ਇੱਥੋਂ ਕੱਢਿਆ ਜਾਏ, ਬਸ ਇਹੀ ਹੈ। ਔਰ ਉਹ ਹੌਲੀ ਹੌਲੀ ਉਹਦੇ ਵੱਲ ਵੱਧ ਰਹੇ ਨੇ। ਇਹਦੇ ਨਾਲ ਨਾਲ ਜਿਹੜਾ ਇਹਨਾਂ ਦਾ ਮੇਨ ਹੈਗਾ ਉਹ ਹੈਗਾ ਜਿਹੜਾ ਹਿੰਦੁਸਤਾਨ ਨੂੰ ਜਿਹੜਾ ਉਹਦਾ ਜਿਹੜਾ ਸਿਸਟਮ ਹੈ ਉਹਨੂੰ ਵੇਚਣ ਦਾ। ਦੇਖ ਲਓ, ਚਾਹ ਵੇਚਦਾ, ਦੇਖ ਲਓ ਏਅਰਪੋਰਟ ਵੇਚ ਗਿਆ, ਰੇਲਾਂ ਵੇਚ ਗਿਆ, ਹੁਣ ਏਅਰਲਾਈਨਾਂ ਵੇਚ ਦਿੱਤੀਆਂ। ਸੋ ਇਟਸ, ਉਹ ਕੀ ਹੁੰਦਾ ਕਿ ਸਾਰਾ ਜਿਹੜਾ ਪਹਿਲਾਂ ਦਾ ਖਤਰਾ ਜਿਹੜੀਆਂ ਘੱਟ ਗਿਣਤੀ ਲੋਕ ਨੇ, ਦੂਸਰਾ ਜਿਹੜੇ ਲੋਕਾਂ ਦੇ ਜਿਹੜੇ ਮਜ਼ਲੂਮ ਨੇ, ਕਿਸਾਨ ਨੇ ਜਾਂ ਜਿਹੜੇ ਮਜ਼ਦੂਰ ਨੇ ਉਹਨਾਂ ਦਾ, ਕਿਉਂਕਿ ਉਹਨਾਂ ਦਾ ਸ਼ੋਸ਼ਣ ਹੋਰ ਹੋ ਜਾਣਾ। ਆਪਾਂ ਇਹ ਦੇਖ ਹੀ ਲਿਆ ਅਮਰੀਕਾ ਦੇ ਵਿੱਚ ਵੀ, ਦੇਖ ਲਓ ਕਿ ਜਦੋਂ ਦਾ ਇੱਥੇ ਸੈਕਿੰਡ ਵਰਲਡ ਵਾਰ ਤੋਂ ਬਾਅਦ ਤਰੱਕੀ ਹੋਈ ਹੈ, ਅਮਰੀਕਾ ਵਰਲਡ ਸਟੇਜ 'ਤੇ ਆਇਆ, ਪਰ ਉਹਦੇ ਨਾਲ ਨਾਲ ਕੀ ਹੋਇਆ? ਦੁੱਖ ਦੀ ਗੱਲ ਇਹ ਹੈਗੀ ਹੈ ਕਿ ਜਿੱਥੇ ਅਮਰੀਕਾ ਪੂਰੀ ਦੁਨੀਆ ਦਾ ਬਾਦਸ਼ਾਹ ਬਣਿਆ, ਉਹਦੇ ਨਾਲ ਨਾਲ ਜਿਹੜੀ ਅਮੀਰੀ ਅਤੇ ਗਰੀਬੀ ਦੇ ਵਿੱਚ ਦੇਖੋ ਕਿੰਨਾ ਗੈਪ ਆ ਗਿਆ। ਗਰੀਬ ਤੋਂ ਗਰੀਬ ਹੋ ਗਿਆ, ਉਹ ਇਸ ਟਾਈਮ ਮਤਲਬ ਕਿ ਇੰਨਾ ਹੋ ਗਿਆ ਕਿ ਉਹਦੇ ਕੋਲ ਰੋਟੀ ਖਾਣ ਨੂੰ ਨਹੀਂ ਹੈਗੀ, ਅਤੇ ਅਮੀਰ ਕਿੰਨਾ ਅਮੀਰ ਹੋ ਗਿਆ, ਬਹੁਤ ਸ਼ਾਇਦ ਲੋਕਾਂ ਨੂੰ ਨਾ ਪਤਾ ਹੋਏ, ਸਿਰਫ 500 ਤੋਂ ਘੱਟ ਐਸੀਆਂ ਫੈਮਲੀਆਂ ਨੇ ਅਮਰੀਕਾ ਦੇ ਵਿੱਚ, ਦੇ ਓਨ 50% ਆਫ ਅਮੈਰੀਕਾ, ਟੋਪ 10% ਅਮੈਰੀਕਨ ਪਾਪੂਲੇਸ਼ਨ, ਦੇ ਓਨ 90% ਆਫ ਦੀ ਵੈਲਥ ਆਫ USA। ਤੋ ਇਹ ਜਿਹੜਾ ਸਿਸਟਮ ਹੈ, ਇਹੀ ਜਿੱਥੇ ਜਿੱਥੇ ਵੀ ਤੁਸੀਂ ਇਹ ਕਹਿੰਦੇ ਨਾ ਕੈਪੀਟਲਿਜ਼ਮ ਇੰਨੀ ਫਾਸਟ ਆਉਂਦਾ, ਉੱਥੇ ਇਹ ਜਿਹੜੀ ਅਲਾਮਤ ਦੇ ਨਾਲ ਆਉਂਦੀ ਹੈ। ਪਰ ਉਹ ਤਾਂ ਇਦੋਂ ਵੀ ਜ਼ਿਆਦਾ, ਕਿਉਂਕਿ ਉਹਨਾਂ ਨੇ ਧਰੁਵੀਕਰਨ ਕੀਤਾ, ਉਹਨਾਂ ਨੇ ਤਾਂ ਦੇਖੋ ਧਰਮ ਦੇ ਨਾਂ 'ਤੇ ਮੁਸਲਮਾਨਾਂ ਨੂੰ ਵੰਡਿਆ, ਸਿੱਖ ਹਿੰਦੂਆਂ ਦੇ ਨਾਲ, ਹੁਣ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਵੰਡਣ ਦਾ ਉਹਨਾਂ ਦਾ ਪੂਰਾ ਉਹਨਾਂ ਦਾ ਪ੍ਰੋਗਰਾਮ ਸੀਗਾ। ਉਹਨਾਂ ਨੇ ਇਹ ਸੀਗਾ ਕਿ ਆਹ ਜਿਹੜਾ ਪ੍ਰੋਗਰਾਮ, ਜਿਹੜਾ ਪ੍ਰੋਟੈਸਟ ਹੈ, ਇਹਨੂੰ ਹਿੰਦੂ ਸਿੱਖ ਦਾ ਮਸਲਾ ਬਣਾ ਕੇ, ਇਹਨਾਂ ਨੂੰ ਖਾਲਿਸਤਾਨੀ ਵੱਖਵਾਦੀ ਕਹਿ ਕੇ, ਤਾਂ ਕਿ ਇਹਨੂੰ ਪਾਸੇ ਕਰੀਏ। ਪਰ ਉਹ ਜਿਹੜੇ ਜ਼ਿਮੀਦਾਰ ਸੀ, ਕਿਉਂਕਿ ਸਿੱਖ ਜਿੰਨੇ ਵੀ ਉੱਥੇ ਲੱਗੇ ਨੇ ਜ਼ਿਮੀਦਾਰ ਨੇ, ਉਹ ਕਹਿੰਦੇ ਨਹੀਂ, ਇਹ ਉਹਨਾਂ ਦੇ ਕੋਈ ਵੀ ਹੱਥਕੰਡੇ ਨਹੀਂ ਚੱਲ ਰਹੇ। ਔਰ ਹੁਣ ਦੇਖ ਲਓ ਕਿਵੇਂ ਇੱਕਦਮ ਸਾਰਿਆਂ ਨੂੰ ਟੁੱਟ ਕੇ ਪੈ ਗਏ ਨੇ, ਮਤਲਬ ਕਿ ਉੱਥੋਂ ਦੇ ਲੋਕ, ਖਾਸ ਕਰਕੇ ਮੈਨੂੰ ਤਾਂ ਸ਼ਰਮ ਆਉਂਦੀ ਹੈ ਉਹਨਾਂ ਲੋਕਾਂ ਦੇ ਉੱਤੇ, ਉਹਨਾਂ ਨੂੰ ਮਤਲਬ ਕਿ ਸਟਾਰ ਕਹਿਣ ਦੀ, ਸਟਾਰ ਉਹ ਤਾਂ ਇੰਨੇ ਬੇਇੱਜ਼ਤ ਲੋਕ ਨੇ ਜਿਨ੍ਹਾਂ ਨੇ ਇਸ ਟਾਈਮ ਮਤਲਬ ਕਿ ਕਿਸਾਨਾਂ ਦੇ ਨਾਲ ਦਾ ਕੀ ਖਲੋਣਾ ਸੀਗਾ, ਉਲਟਾ ਹੋ ਗਏ ਨੇ, ਮਤਲਬ ਕਿ ਦੇਖ ਲਓ ਉਹਨਾਂ ਦੀ ਲਾਂਹਤੇ ਨੇ ਉਹ ਜਿਹੇ ਲੋਕਾਂ ਨੇ, ਹੁਣ ਤਾਂ ਵੰਡ ਨਹੀਂ ਦੇਣਾ ਚਾਹੀਦਾ ਹੈ ਅਮਰੀਕਾ ਦੇ ਮੁਲਕ 'ਚ। ਤਾਂ ਹੁਣ ਇਹ ਹਿਸਾਬ ਕਹਿੰਦੇ ਜੀ ਕਿ ਹਿੰਦੁਸਤਾਨ ਦੀ ਇੰਟਰਫੀਅਰ ਕਰ ਰਹੇ ਨੇ। ਉਦੋਂ ਇਹ ਮੋਦੀ ਕਿਤੇ ਗਿਆ ਸੀਗਾ ਜਦੋਂ ਮੋਦੀ ਨੇ ਅਮਰੀਕਾ ਦੀ ਧਰਤੀ 'ਤੇ ਆ ਕੇ ਇਹ ਕਿਹਾ ਸੀਗਾ ਇਸ ਵਾਰ ਟਰੰਪ ਸਰਕਾਰ, ਮਤਲਬ ਕਿ ਉਹਦੇ ਵਾਸਤੇ ਉਹਨੇ ਇੱਥੇ ਉਹ ਕੀਤਾ। ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਸ ਟਾਈਮ ਮੇਰੀ ਤਾਂ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਅਸੀਂ ਤਨ ਮਨ ਧਨ ਦੇ ਨਾਲ ਜਿਸੇ ਵੀ ਤਰੀਕੇ ਦੇ ਨਾਲ ਅਸੀਂ ਅੰਦੋਲਨ ਨਾਲ ਜੁੜੀਏ, ਕਿਉਂਕਿ ਅਸੀਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ, ਜਦੋਂ ਮੈਂ ਛੋਟਾ ਜਿਹਾ ਸੀਗਾ ਉਦੋਂ ਪਤਾ ਲੱਗਾ ਵੀ ਅਸੀਂ ਵੀ ਪਾਕਿਸਤਾਨ ਤੋਂ ਆਏ, ਉੱਜੜ ਕੇ ਆਏ, ਸਾਡੇ ਮੇਰੇ ਗ੍ਰੈਂਡਫਾਦਰ ਫਰੀਡਮ ਫਾਈਟਰ ਸੀਗੇ, ਜਾਂ ਸਾਨੂੰ ਨਹੀਂ ਸੀ ਪਤਾ, ਹੌਲੀ ਹੌਲੀ ਉਹਨਾਂ ਦੱਸਿਆ ਵੀ ਇੱਦਾਂ ਸਾਡੇ ਮੇਰੇ ਪਿਤਾ ਜੀ ਦੇ, ਮੇਰੇ ਦਾਦੀ ਦੇ ਫਾਦਰ ਨੇ, ਉਹਨਾਂ ਨੇ ਉਹ ਫਰੀਡਮ ਸਟਰਗਲ 'ਚ ਸੀਗੇ, ਮੇਰੇ ਮਾਮੇ ਨਾਨਕੇ ਸਾਡੇ ਫਰੀਡਮ ਸਟਰਗਲ 'ਚ ਸੀਗੇ, ਔਰ ਉਹਨਾਂ ਨੇ ਦੱਸਿਆ। ਤੂੰ ਉਦੋਂ ਜਦੋਂ ਅਸੀਂ ਦੱਸਦੇ ਸੀ ਲੋਕਾਂ ਨੂੰ ਵੀ ਸਾਡੇ ਪਿਓ ਦਾਦਿਆਂ ਨੇ ਇਸ ਹਿੰਦੁਸਤਾਨ ਦੀ ਆਜ਼ਾਦੀ ਦੀ ਜੰਗ ਲੜੀ, ਇਸ ਕਰਕੇ ਉਹਨਾਂ ਨੂੰ ਪੈਨਸ਼ਨ ਮਿਲਦੀ ਜਾਂ ਕੁਛ ਇੱਦਾਂ ਨਾ। ਤੋ ਕੱਲ੍ਹ ਨੂੰ ਆਉਣ ਵਾਲੀਆਂ ਨਸਲਾਂ ਜਿਹੜੇ ਅਸੀਂ ਇੱਥੇ, ਕਮ ਸੇ ਕਮ ਅਸੀਂ ਆਪ ਨੂੰ ਇਹ ਕਹਿੰਦੇ ਹਾਂ ਕਿ 10 ਲੱਖ ਸਿੱਖ ਅਮਰੀਕਾ ਦੀ ਧਰਤੀ ਦੇ ਹੈ ਔਰ ਬੜਾ ਸਰਮਾਏਦਾਰ ਹੈ, ਆਉਣ ਵਾਲੀਆਂ ਨਸਲਾਂ ਸਾਨੂੰ ਇਹ ਪੁੱਛਣਗੀਆਂ ਜਦੋਂ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੀ ਦੂਜੀ ਸਭ ਤੋਂ ਵੱਡੀ ਆਜ਼ਾਦੀ ਦੀ ਲਹਿਰ ਸ਼ੁਰੂ ਹੋਈ ਸੀ, ਇੱਕ ਐਸਾ ਵੱਡਾ ਰੈਵੋਲੂਸ਼ਨ ਹੋਇਆ ਸੀਗਾ ਉਸ ਟਾਈਮ, ਸਾਡੇ ਪਿਓ ਦਾਦਿਆਂ ਨੇ, ਸਾਡੇ ਜਿਹੜੇ ਅੱਗੋਂ ਬੱਚੇ ਨੇ ਉਹਨਾਂ ਦੇ ਅੱਗੋਂ ਬੱਚੇ ਪੋਤੇ ਦਾਦੇ ਅਮਰੀਕਾ ਦੀ ਧਰਤੀ ਪੁੱਛਣਗੇ ਅਸੀਂ ਉਹਦਾ ਕੀ ਯੋਗਦਾਨ ਪਾਇਆ। ਉਸ ਟਾਈਮ ਉਹਨਾਂ ਕਿਸੇ ਨਹੀਂ ਪੁੱਛਣਾ ਕਿ ਉਹ ਵੀ ਇਹ ਯੋਗਦਾਨ ਪਾ ਰਹੇ ਸੀ ਜਾਂ ਆਪਣੇ ਕਿਸੇ ਕੰਮਾਂ ਦਾ ਕਾਰਨ ਸੀ। ਇਸ ਕਰਕੇ ਮੇਰੀ ਹੱਥ ਜੋੜ ਕੇ ਇਹ ਬੇਨਤੀ ਹੈ ਕਿਸੇ ਇੱਕ, ਮਤਲਬ ਕਿ ਹਿਸਾਬ ਲਾ ਕੇ ਆਪਾਂ ਜਿਵੇਂ ਕਹਾਵਤ ਹੈ ਬਹੁਤ ਵੱਡੀ, ਕਹਿੰਦੇ ਵੀ ਇਫ ਯੂ
want something and you want it really bad, you will find the way. If you will not find the way, you will find the excuse. ਅੱਜ ਮੇਰੀ ਆਸ ਜੋੜ ਕੇ ਬੇਨਤੀ ਹੈ ਕਿ ਜਿਸ ਤਰ੍ਹਾਂ ਕਿਸੇ ਆਲਮ ਨੇ ਕਿਹਾ ਵੀ ਜੇ ਤੁਸੀਂ ਕਿਸੇ ਚੀਜ਼ ਨੂੰ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹਦੇ ਵਾਸਤੇ ਫਿਗਰ ਆਊਟ ਕਰ ਲੈਣਾ ਹੈ ਤੇ ਨਹੀਂ ਕਰ ਸਕੇ ਤੇ ਤੁਸੀਂ ਉਹਦਾ ਐਕਸਕਿਊਜ਼ ਲੱਭ ਲੈਣਾ ਹੈ। ਤਾਂ ਮੇਰੀ ਹੱਥ ਜੋੜ ਕੇ ਇੱਕੋ ਲਫ਼ਜ਼ ਦੇ ਵਿੱਚ ਇਹ ਜਾਣਿਆ ਜਾਂਦਾ ਇੱਕ ਰਿਕੁਐਸਟ ਹੈ ਸਾਰਿਆਂ ਵਾਸਤੇ, ਭਾਈ ਜਾਂ ਤਾਂ ਕੋਈ ਨਾ ਕੋਈ ਆਪਣਾ ਲੱਭੋ ਆਪਣੇ ਪਿੰਡਾਂ 'ਚ, ਕਿਸੇ ਤਰ੍ਹਾਂ ਦਾ ਫਾਈਨੈਂਸ਼ੀਅਲ ਤਨ ਮਨ ਧਨ ਦੇ ਨਾਲ ਉੱਥੇ ਸਪੋਰਟ ਕਰੋ। ਇੱਥੇ ਲੋਕਲ ਜਿੰਨੇ ਵੀ ਆਪਣੇ ਤੁਹਾਡੇ ਇਲੈਕਟਡ ਆਫਿਸ਼ਲ ਉਹਨਾਂ ਕੋਲ ਪਹੁੰਚ ਕਰੋ, ਇੱਥੇ ਵੱਧ ਤੋਂ ਵੱਧ ਪ੍ਰੋਟੈਸਟ ਕਰੋ ਅਤੇ ਜੇ ਨਹੀਂ ਕਰਨਾ ਤਾਂ ਕੋਈ ਨਾ ਕੋਈ ਐਕਸਕਿਊਜ਼ ਚੰਗਾ ਲੱਭ ਲਓ, ਕਿਉਂਕਿ ਆਉਣ ਵਾਲੀਆਂ ਨਸਲਾਂ ਨੇ ਸਾਨੂੰ ਜ਼ਰੂਰ ਪੁੱਛਣਾ ਵੀ ਡੈਡੀ ਜੀ ਬਾਪੂ ਜੀ ਤੁਸੀਂ ਉਦੋਂ ਕੀ ਕੀਤਾ ਸੀਗਾ, ਸਾਡੇ ਕੋਲ ਕੋਈ ਨਾ ਕੋਈ ਆਨਸਰ ਤਿਆਰ ਚਾਹੀਦਾ। ਖਾਲਸਾ ਜੀ ਇੱਕ ਛੋਟਾ ਜਿਹਾ ਸ਼ਾਰਟਕੱਟ ਦੇ ਵਿੱਚ ਬਿਲਕੁਲ ਦੱਸਿਓ ਕਿ ਹੁਣ ਜਿਹੜੇ ਕਈ ਆਪਾਂ ਸੋਸ਼ਲ ਮੀਡੀਆ ਦੇਖਿਆ ਕਿ ਕਈ ਹਿੰਦੂ ਵੀਰਾਂ ਦੇ ਵੀ ਜਿਹੜੇ ਸੱਚ ਬੋਲਦੇ ਨੇ ਜਾਂ ਗੌਰਮੈਂਟ ਦੇ ਜੋ ਗੌਰਮੈਂਟ ਕਹਿੰਦੀ ਉਹ ਨਹੀਂ ਉਹ ਉਹਦੇ ਖਿਲਾਫ਼ ਬੋਲਦੇ ਨੇ ਜਿਹਨੂੰ ਕਹਿ ਦਿੰਦੇ ਆ, ਜਾਂ ਕਿ ਉਹ ਉਹਨਾਂ ਦੀ ਬੋਲੀ ਨਹੀਂ ਬੋਲਦੇ, ਉਹ ਹਿੰਦੂ ਵੀਰਾਂ ਦੇ ਵਿਚਾਰਾਂ 'ਤੇ ਵੀ ਕੇਸ ਪਾਈ ਜਾਂਦੇ ਨੇ, ਇਹ ਸਾਰਾ ਕੀ ਮਾਜਰਾ? ਹੁਣ ਇਹ ਹਿਸਾਬ ਲਾਓ ਕੇਸ ਤਾਂ ਪਾਉਂਦੇ ਨੇ, ਹੁਣ ਤੁਸੀਂ ਇਹ ਹਿਸਾਬ ਲਾਓ ਕਿ ਮੀਨਾ ਹੈਰਿਸ ਜਿਹੜੀ ਇੱਥੋਂ ਦੀ ਮੌਕੇ ਦੀ ਜਿਹੜੀ ਅਮਰੀਕਾ ਦੀ ਵਾਈਸ ਪ੍ਰੈਜੀਡੈਂਟ ਦੀ ਬੇਟੀ ਹੈ, ਉਹਨੇ ਉਹਨਾਂ ਦੇ ਹਾਂ 'ਚ ਨਾਰਾ ਮਾਰਿਆ। ਤੋ ਪਤਾ ਉਹਨਾਂ ਨੇ ਕੀ ਕਿਹਾ? ਕਹਿੰਦੇ ਵੀ ਤੂੰ ਹਿੰਦੂ ਹੀ ਨਹੀਂ ਹੈਗੀ, ਕਿਉਂ ਇਹ ਤੁਹਾਡੇ ਪਿਓ ਦਾਦਿਆਂ ਨੇ ਕਾਲਿਆਂ ਨਾਲ ਇਹ ਵਿਆਹ ਕਰਾਏ ਹਨ, ਤੁਸੀਂ ਤਾਂ ਅਨਟੱਚੇਬਲ ਹੋ ਗਏ ਹੋ, ਯੂ ਹੈਵ ਨੋ ਰਾਈਟ ਇਵਨ ਟੂ ਕਾਲ ਯੂਅਰ ਸੈਲਫ ਹਿੰਦੂ। ਇਹ ਹਿਸਾਬ ਲਾ ਲਓ ਕਿ ਇੱਥੋਂ ਤੱਕ ਉਹਨੂੰ ਅਸੀਂ ਹਿੰਦੂ, ਉਹਨੂੰ ਅਸੀਂ ਹਿੰਦੂਇਜ਼ਮ ਨਹੀਂ ਕਹਿੰਦੇ, ਉਹ ਰਾਮ ਨੇ ਤਾਂ ਨਹੀਂ ਕਦੀ ਕਿਹਾ, ਜਾਂ ਕਿਸੇ ਵੀ ਕੋਈ ਵੀ ਕਿ ਕੋਈ ਧਰਮ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਭਾਈ ਕਿਸੇ ਨੂੰ ਮਾੜਾ ਕਹੋ ਔਰ ਇੱਦਾਂ ਵੱਡਾ ਵੱਖਵਾਦ ਕਰੋ, ਇੰਨੀ ਅਨਟੱਚਬਿਲਟੀ। ਹੇ ਰਿਐਲਿਟੀ ਦੀ ਗੱਲ ਹੈ ਇਸ ਟਾਈਮ ਕਿ ਮੌਕੇ ਦੀ ਜਿਹੜੇ ਅਮਰੀਕਾ ਦੀ ਵਾਈਸ ਪ੍ਰੈਜੀਡੈਂਟ ਦੀ ਜਿਹੜੀ ਕਿ ਬਹੁਤ ਵੱਡੀ ਇੱਕ ਐਕਟੀਵਿਸਟ ਹੈ, ਇੱਕ ਵੱਡੀ ਅਟਰਨੀ ਹੈ ਔਰ ਉਹ ਦੁਨੀਆ ਵਾਸਤੇ ਖਲੋਤੀ ਹੈ, ਉਹਦੇ ਉਹਨੂੰ ਇਹ ਉਹਨੇ ਜਦੋਂ ਇਹ ਕਿਹਾ ਵੀ ਸਾਨੂੰ ਜਿਹੜੀ ਉੱਥੋਂ ਦੀ ਜਿਹੜੀ ਸਰਕਾਰ ਹੈ ਉਹਨੂੰ ਤਸ਼ੱਦਦ ਨਹੀਂ ਕਰਨਾ ਚਾਹੀਦਾ, ਉਹ ਕੋਈ ਉਹ ਇੱਕ ਸਾਨੂੰ ਇੱਕ ਜ਼ਰੂਰ ਇੱਥੇ ਜ਼ਰੂਰ ਯਾਦ ਰੱਖਣਾ ਚਾਹੀਦਾ, ਬਾਹਰਲਾ ਜਿੰਨਾ ਵੀ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਸੈਲੀਬ੍ਰਿਟੀਜ਼ ਨੇ ਇਹ ਨਹੀਂ ਕਹਿ ਰਹੇ ਵੀ ਤੁਸੀਂ ਇਹਨਾਂ ਨੂੰ ਹੱਕ ਦਿਓ, ਉਹ ਇਹ ਕਹਿ ਰਹੇ ਨੇ ਕਿ ਉਹਨਾਂ ਦੇ ਪ੍ਰੋਟੈਸਟ, ਪੀਸਫੁਲ ਪ੍ਰੋਟੈਸਟ ਕਰਨ ਦਾ ਹੱਕ ਹੈ, ਤੁਸੀਂ ਉਹਨਾਂ 'ਤੇ ਜ਼ੁਲਮ ਨਾ ਕਰੋ। ਉਹ ਜ਼ੁਲਮ ਦੇ ਸਿਰ 'ਤੇ ਹਿਊਮਨ ਰਾਈਟਸ ਦੇ ਵਾਸਤੇ ਖਲੋਤੇ ਨੇ, ਉਹ ਇੰਟਰਫੀਅਰ ਨਹੀਂ ਕਰ ਰਹੇ ਹਿੰਦੁਸਤਾਨ ਦੇ, ਇਹ ਥੋੜ੍ਹਾ ਜਿਹਾ ਧਿਆਨ ਰੱਖੋ। ਉਹ ਇਹ ਨਹੀਂ ਕਹਿ ਰਹੇ ਹਿੰਦੁਸਤਾਨ ਨੂੰ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਬਿੱਲ ਪਾਸ ਕਰੋ ਜਾਂ ਉਹਨਾਂ ਨੂੰ ਰਿਪੀਲ ਕਰੋ ਜਾਂ ਨਾ ਕਰੋ, ਇਹਦੇ ਵਿੱਚ ਇੰਟਰਫੀਅਰ ਨਹੀਂ ਕਰ ਰਹੇ। ਉਹ ਇਹ ਕਹਿ ਰਹੇ ਨੇ ਕਿ ਇੱਕ ਜਿਹੜਾ ਪੀਸਫੁਲ ਪ੍ਰੋਟੈਸਟਰ ਹੈ ਉਹਨੂੰ ਇੱਕ ਡੈਮੋਕ੍ਰੇਟਿਕ ਸੈਟਅਪ ਦੇ ਵਿੱਚ ਉਹਨੂੰ ਆਪਣੀ ਉਹਨੂੰ ਆਪਣਾ ਹੱਕ ਹੈ ਪੀਸਫੁਲੀ ਪ੍ਰੋਟੈਸਟ ਕਰਨ ਦਾ, ਉਹਦੇ ਉੱਤੇ ਜਿਹੜਾ ਤਸ਼ੱਦਦ ਹੋ ਰਿਹਾ ਉਹ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ, ਉਹਦੇ ਵਾਸਤੇ ਉਹ ਖਲੋਤੇ ਨੇ। ਸਾਨੂੰ ਇਹ ਥੋੜ੍ਹਾ ਜਿਹਾ ਦੱਸਣਾ ਚਾਹੀਦਾ, ਤੁਹਾਡੇ ਜਿੰਨੇ ਵੀ ਮੀਡੀਆ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਪੂਰਾ ਇੰਟਰਨੈਸ਼ਨਲ ਸੈਲੀਬ੍ਰਿਟੀਜ਼ ਨੇ ਜਾਂ ਗੌਰਮੈਂਟਸ ਨੇ ਉਹ ਇਹ ਨਹੀਂ ਕਹਿ ਰਹੀਆਂ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਕਾਨੂੰਨ ਵਾਪਸ ਕਰ ਲਓ ਜਾਂ ਨਾ ਕਰ ਲਓ, ਉਹ ਇੰਟਰਨਲ ਮੈਟਰ ਹੈ। ਪਰ ਜਿੱਥੇ ਵੀ ਕੋਈ ਤਸ਼ੱਦਦ ਹੁੰਦੀ ਹੈ ਕਿਸੇ ਇਨਸਾਨ ਦੇ ਉੱਤੇ, ਖਾਸ ਕਰਕੇ ਹਿੰਦੁਸਤਾਨ ਦੀ ਧਰਤੀ 'ਤੇ ਜਿਹੜਾ ਆਪਣੇ ਆਪ ਨੂੰ ਸੋ ਕਾਲਡ ਕਹਿੰਦਾ ਕਿ ਇਹ ਬਹੁਤ ਵੱਡੀ ਡੈਮੋਕ੍ਰੇਸੀ ਆ, ਦ ਲਾਰਜੈਸਟ ਫੇਕ ਡੈਮੋਕ੍ਰੇਸੀ ਸੋ ਫਾਰ ਇਟ ਇਜ਼, ਉਹਨੂੰ ਇਹ ਵੇ ਕਿ ਇਹ ਉਹਨਾਂ ਦੇ ਹੱਕ 'ਚ, ਉਹਨਾਂ ਦੀਆਂ ਰਾਈਟਸ ਦੇ ਹੱਕ 'ਚ ਖਲੋਤੇ ਨੇ, ਨਾ ਕਿ ਉਹਨਾਂ ਦੀਆਂ ਜਿਹੜੀਆਂ ਕਾਲੇ ਕਾਨੂੰਨਾਂ ਦੀ ਮੰਗ ਦੇ ਹੱਕ 'ਚ ਨਹੀਂ ਉਹਨਾਂ ਨੇ ਕੁਛ ਵੀ ਕਿਹਾ, ਉਹ ਕਹਿੰਦੇ ਵੀ ਉਹ ਇੰਟਰਨਲ ਮੈਟਰ, ਇਹ ਸਾਨੂੰ ਦੱਸਣਾ ਚਾਹੀਦਾ ਜ਼ਰੂਰ। ਖਾਲਸਾ ਜੀ, ਖਾਲਸਾ ਜੀ ਜਦੋਂ ਤੁਹਾਨੂੰ ਅੱਗੇ ਦੱਸਿਆ ਸੀ ਕਿ ਘੜੀ ਦਾ ਜ਼ਿਆਦਾ ਤੁਹਾਡੇ ਨਾਲ ਬਹਿ ਰਿਹਾ ਜਾਂ ਮੇਰੇ ਨਾਲ, ਪਤਾ ਨਹੀਂ ਟਾਈਮ ਕਦੋਂ ਹੋ ਗਿਆ ਗੱਲਾਂ ਗੱਲਾਂ ਦੇ ਵਿੱਚ, ਮੈਂ ਤੁਹਾਨੂੰ ਜਾਂਦੇ ਜਾਂਦੇ 30 ਸੈਕਿੰਡ ਦੇ ਵਿੱਚ ਜ਼ਰੂਰ ਕਹੂੰਗਾ ਵੀ ਇੱਕ ਸ਼ਾਰਟਕੱਟ ਦੇ ਵਿੱਚ ਮੈਸੇਜ ਦਿਓ ਹਰ ਇੱਕ ਜੋ ਇੱਥੇ ਰਹਿੰਦਾ ਜਾਂ ਇੰਡੀਆ ਦੇ ਵਿੱਚ ਵੱਸਦਾ। ਬਸ ਮੈਸੇਜ ਇਹੀ ਹੈ ਕਿ ਆਪਣੇ ਜਿੱਥੇ ਵੀ ਲੋਕਲ ਤੁਹਾਡੇ ਕੋਈ ਵੀ ਤੁਹਾਡਾ ਜਿਹੜਾ ਹੈਗਾ ਲੋਕਲ ਏਰੀਆ, ਉੱਥੋਂ ਦੇ ਜਿਹੜੇ ਇਲੈਕਟਡ ਆਫਿਸ਼ਲਸ ਨੇ ਉਹਨਾਂ ਕੋਲ ਸਟੇਟਮੈਂਟਾਂ ਲਓ, ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਪਹੁੰਚਾਓ ਔਰ ਤਨ ਮਨ ਧਨ ਦੇ ਨਾਲ ਆਪਣੇ ਪਿੰਡਾਂ ਵਾਲਿਆਂ ਦੀਆਂ ਆਪਣੇ ਜਿੱਥੇ ਜਿੱਥੇ ਤੁਹਾਡੀ ਕਿਵੇਂ ਦੀ ਵਾਕਫੀਅਤ ਹੈ ਉੱਥੇ ਕਾਰਵਾਈ ਕਰੋ, ਖਾਲਸਾ ਏਡ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਸਿੱਖ ਕੁਲੀਸ਼ਨ ਦੇ ਪਲੈਟਫਾਰਮ 'ਤੇ ਜਾ ਕੇ ਉੱਥੇ ਐਪਲੀਕੇਸ਼ਨ ਬਣੀਆਂ ਨੇ, ਤੁਸੀਂ ਕੀ ਕਹਿਣਾ, ਕਿਵੇਂ ਰਿਕੁਐਸਟ ਕਰਨੀ ਆਪਣੇ ਇਲੈਕਟਡ ਆਫਿਸ਼ਲਸ ਨੂੰ, ਉਹ ਜ਼ਰੂਰ ਕਰੋ। ਖਾਲਸਾ ਜੀ ਧੰਨਵਾਦ ਤੁਹਾਡਾ, ਤੁਸੀਂ ਜਸ ਟੀਵੀ ਲਈ ਅਕਸਰ ਟਾਈਮ ਕੱਢਦੇ ਰਹਿੰਦੇ ਹੋ, ਤੁਸੀਂ ਜਿਹੜੇ ਤੁਹਾਡਾ ਜਿਹੜਾ ਨੌਲੇਜ ਦਾ ਭੰਡਾਰਾ ਆ ਉਹਦੇ ਵਿੱਚੋਂ ਤੁਸੀਂ ਆ ਜਿਹੜਾ ਮੈਸੇਜ ਦਿੱਤਾ ਜਾਂ ਜਿੰਨੀ ਵੀ ਇਨਫੋਰਮੇਸ਼ਨ ਦਿੱਤੀ ਆ ਉਹ ਮੈਨੂੰ ਲੱਗਦਾ ਹਰ ਇੱਕ ਦੇ ਹੈਲਪਫੁਲ ਹੋਊਗੀ। ਅਤੇ ਇਸੇ ਤਰ੍ਹਾਂ ਹੀ ਮੈਂ ਦੱਸਣਾ ਚਾਹੁੰਦਾ ਜਿਹੜਾ ਵੀ ਕੋਈ ਇੰਡੀਆ ਦੇ ਵਿੱਚ ਸਾਡੇ ਸ਼ੋਅ ਨੂੰ ਦੇਖ ਰਿਹਾ, ਜਿੰਨੇ ਸਰੋਤੇ ਨੇ ਜਾਂ ਜਿਹੜਾ ਵੀ ਬੰਦਾ ਸੁਣ ਰਿਹਾ, ਉਹ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਆ ਜੇ ਤੁਸੀਂ ਜਸ ਟੀਵੀ ਨੂੰ, ਨਹੀਂ ਤਾਂ ਮੇਰੇ ਪਰਸਨਲ ਨੰਬਰ 'ਤੇ ਵਟਸਐਪ 'ਤੇ ਮੈਨੂੰ ਕਾਲ ਕਰਕੇ, ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਮੇਰੇ ਨੰਬਰ 'ਤੇ ਵਟਸਐਪ 'ਤੇ ਕਾਲ ਕਰਕੇ ਜਾਂ ਮੈਨੂੰ ਵਟਸਐਪ 'ਤੇ ਮੈਸੇਜ ਭੇਜ ਦਿਓ, ਕਿਉਂਕਿ ਵਟਸਐਪ ਇੰਟਰਨੈਟ ਦੇ ਨਾਲ ਫ੍ਰੀ ਹੈ। ਅਤੇ ਮੇਰਾ ਨੰਬਰ ਹੈ 317-558-5385, ਬਾਕੀ ਜਸ ਟੀ ਵੀ ਦਾ ਨੰਬਰ ਤਾਂ ਹਮੇਸ਼ਾ ਥੱਲੇ ਚੱਲਦਾ ਰਹਿੰਦਾ, ਜਾਂ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੋ broad@justbroadcasting.com। ਅਤੇ ਇਸੇ ਤਰ੍ਹਾਂ ਅਸੀਂ ਇੰਡੀਆ ਤੋਂ ਜਿਹੜੇ ਜੁੜਨ ਵਾਲੇ ਸੱਜਣ ਨੇ, ਕੋਈ ਵੀ ਸਿੱਘੂ ਬਾਰਡਰ 'ਤੇ ਬੈਠਾ ਕਿਤੇ ਵੀ ਉਹ ਜੁੜਨਾ ਚਾਹੁੰਦਾ ਹੋਵੇ,
ਜਸ ਟੀਵੀ ਦੇ ਨਾਲ ਆਪਣੇ ਵਿਊ ਦੇਣ ਨੂੰ ਜਾਂ ਆਪਣੇ ਵਿਚਾਰ ਦੱਸਣ ਨੂੰ, ਉਹ ਜ਼ਰੂਰ ਜਸ ਟੀਵੀ 'ਤੇ ਆਪਣੇ ਵਿਚਾਰ ਦੱਸ ਸਕਦਾ ਹੈ। ਇਸੇ ਤਰ੍ਹਾਂ ਦਿਓ ਇਜਾਜ਼ਤ, ਕਿਉਂਕਿ ਜਿਹੜੀ ਘੜੀ ਆ ਉਹ ਕਿਸੇ ਦੀ ਨਹੀਂ, ਖੜੀ ਨਹੀਂ ਹੁੰਦੀ, ਕਿਸੇ ਦੇ ਆਕੇ ਨਹੀਂ ਲੱਗਦੀ, ਉਹ ਭੱਜੀ ਚਲੇ ਜਾਂਦੀ ਹੈ। ਅਤੇ ਅੱਜ ਦਾ ਸਮਾਂ ਜਿਹੜਾ ਹੋ ਗਿਆ ਸ਼ੋਅ ਦਾ, ਆਪਾਂ ਕੱਲ੍ਹ ਹੋਵਾਂਗੇ ਨਵੇਂ, ਇੱਥੋਂ ਦੀ ਜੰਗ ਜੂਥ ਲੈ ਕੇ ਫਿਰ ਹੱਥ ਅੱਡੇ ਪੇਸ਼ ਹੋਵਾਂਗੇ। ਕੱਲ੍ਹ ਮਿਲਦੇ ਹਾਂ, ਸਤਿ ਸ਼੍ਰੀ ਅਕਾਲ।